ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਲ ਮੰਤਰਾਂ ਨਹੀਂ ਮਸਾਲ ਬਲ ਦੀ, ਤੇਲ ਮੁੱਕੇ ਤੋਂ ਦੀਵਾ ਹੋ ਗੁੱਲ ਜਾਵੇ। ਲੱਖ ਯਤਨ ਕਰੀਏ ਪਰ ਨਾ ਪਵੇ ਭਾਂਡੇ, ਤੇ ਜਿਹੜਾ ਦੁੱਧ ਜ਼ਮੀਨ ਤੇ ਡੁੱਲ ਜਾਵੇ। ਓ ਫੀਤਾ ਫੀਤਾ ਹੋ ਜਾਵੇ ਕਬੀਲਦਾਰੀ, ਤੇ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ। ਪਾਰਸ ਮਿਟ ਜਾਵੇ ਹਰਫ ਗਲਤ ਵਾਂਗੂ, ਤੇ ਜਿਹੜੀ ਕੌਮ ਵੱਡਿਆਂ ਨੂੰ ਭੁੱਲ ਜਾਵੇ। ਤੇ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਓ ਫੁੱਲ ਜਹਾਨ ਤੇ ਖਿੜੇ ਰਹਿੰਦੇ, ਓ ਫੁੱਲ ਜਹਾਨ ਤੇ ਖਿੜੇ ਰਹਿੰਦੇ, ਜਿਹੜੇ ਕੰਡਿਆਂ ਨਾਲ ਗੁਜ਼ਾਰਦੇ ਨੇ ਉਹਨਾਂ ਉੱਤੋਂ ਸਿਰ ਵਾਰ ਨੇ ਕਰੇ ਦੁਨੀਆ। ਜਿਹੜੇ ਕੌਮ ਬਦਲੇ ਜਾਨਵਾਰ ਦੇ ਨੇ ਉਹ ਨਾ ਕੱਚਿਆਂ ਦੀ ਪਰਵਾਹ ਕਰਦੇ, ਕੱਚਿਆਂ ਦੀ ਪਰਵਾਹ ਕਰਦੇ, ਕੰਡੇ ਵੇਖ ਲੈਂਦੇ ਜਿਹੜੇ ਪਾਰਦੇ ਨੇ। ਜਿਹੜੇ ਕੌਮ ਨੂੰ ਜ਼ਿੰਦਗੀ ਦੇਣ ਵਾਲੇ ਪਹਿਲਾਂ ਮੌਤ ਦੀ ਜ਼ੁਲਫ ਸਵਾਰਦੇ ਨੇ, ਪਹਿਲਾਂ ਮੌਤ ਦੀ ਜ਼ੁਲਫ ਸਵਾਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ। ਹੱਥ ਕਾਲ ਜੇ ਧਰ ਕੇ ਸਾਖੀ ਸੱਚ ਬਿਆਨਾ ਜੀ, ਜੋ ਜਾਨ ਸਾਡੀ ਦੇ ਦੁਸ਼ਮਣ ਕਿਉਂ ਉਹਨਾਂ ਨਾਲ ਜਰਾਨਾ ਜੀ, ਜੋ ਜਾਨ ਸਾਡੀ ਦੇ ਦੁਸ਼ਮਣ ਕਿਉਂ ਉਹਨਾਂ ਨਾਲ ਜਰਾਨਾ ਜੀ। ਅਸਰ ਮਨਾ ਤੇ ਕਰਿਓ ਜੇ ਗੱਲ ਸੱਚੀ ਆਖੀ ਦਾ, ਭੁੱਲ ਨਾ ਜਾਇਓ ਸਿੱਖ ਸਾਕਾ ਜੂਨ 84 ਦਾ, ਭੁੱਲ ਨਾ ਜਾਇਓ ਸਿੱਖ ਸਾਕਾ ਜੂਨ 84 ਦਾ। ਹੱਥ
ਹੱਥ ਕਾਲ ਜੇ ਧਰ ਕੇ ਸਾਖੀ ਸੱਚ ਬਿਆਨਾ ਜੀ। ਜੋ ਜਾਨ ਸਾਡੀ ਦੇ ਦੁਸ਼ਮਣ ਕਿਉਂ ਉਹਨਾਂ ਨਾਲ ਜਰਾਨਾ ਜੀ। ਜੋ ਜਾਨ ਸਾਡੀ ਦੇ ਦੁਸ਼ਮਣ ਕਿਉਂ ਉਹਨਾਂ ਨਾਲ ਜਰਾਨਾ ਜੀ। ਆਓ ਅਸਰ ਮਨਾ ਤੇ ਕਰਿਓ ਜੇ ਗੱਲ ਸੱਚੀ ਆਖੀ ਦਾ ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ। ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ। ਉਹ ਤੱਕ ਕੇ ਚੜ੍ਹਦੀ ਕਲਾ ਅਸਾਂ ਦੀ ਗੈਰ ਨਜ਼ਰ ਦੇ ਸੀ। ਨਿਤ ਸਾਜਿਸ਼ਾਂ ਘੜ ਕੇ ਕੰਨ ਇੰਦਰਾਂ ਦੇ ਪਰਦੇ ਸੀ। ਨਿਤ ਸਾਜਿਸ਼ਾਂ ਘੜ ਕੇ ਕੰਨ ਇੰਦਰਾਂ ਦੇ ਪਰਦੇ ਸੀ। ਉਹ ਕੰਨਾਂ ਦੀ ਕੱਚੀ ਪਾ ਗਈ ਫਲ ਚਲਾਕੀ ਦਾ। ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ। ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ। ਉਹ ਗਏ ਗੁਰਾਂ ਦੇ ਦਰਸ਼ਨ ਨੂੰ ਗੰਨਾ ਨਾਲ ਰਾੜੇ ਗਏ। ਇੱਕ ਮਾਰੀ ਪਾਪਣ ਇੰਦਰਾਂ ਤੇ ਲੱਖਾਂ ਕਰ ਸਾੜੇ ਗਏ। ਇੱਕ ਮਾਰੀ ਪਾਪਣ ਇੰਦਰਾਂ ਤੇ ਲੱਖਾਂ ਕਰ ਸਾੜੇ ਗਏ। ਦਿਲ ਕੰਬਦਾ ਹੋ ਬੀਤੀ ਚਾਕੀ ਦਾ। ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ। ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ। ਫਿਰ ਕਾਲ ਤਖਤ ਜੋ ਅਣਖ ਮਨਾਰਾ ਅਣਖ ਮਨਾਰਾ ਸਾਡਾ ਢਾ ਦਿੱਤਾ। ਅੰਮ੍ਰਿਤ ਸੋਮਾ ਜਲਦਾ ਲਹੂ ਦਾ ਰੰਗ ਚੜਾ ਦਿੱਤਾ। ਅੰਮ੍ਰਿਤ ਸੋਮਾ ਜਲਦਾ ਲਹੂ ਦਾ ਰੰਗ ਚੜਾ ਦਿੱਤਾ। ਆਓ ਮੁਕਤ ਮਨਾ ਨੂੰ ਕਰਦਾ ਜਿਸ ਦਾ ਪੁਰਬ ਵਿਸਾਖੀ ਦਾ। ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ। ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ। ਉਹ ਲੁੱਟੀਆਂ ਗਈਆਂ ਇੱਜ਼ਤਾਂ ਤੇ ਘਰ ਬਾਰ ਵੀ ਲੁੱਟੇ ਗਏ। ਤੇਗ ਦੀ ਤਾੜ ਲੰਘਾ ਕੇ ਸਿੱਖ ਗਟਰਾਂ ਵਿੱਚ ਸੁੱਟੇ ਗਏ। ਤੇਗ ਦੀ ਧਾਰ ਲੰਘਾ ਕੇ ਸਿੱਖ ਗਟਰਾਂ ਵਿੱਚ ਸੁੱਟੇ ਗਏ। ਆਓ ਬਚ ਗਏ ਜਿਹੜੇ ਫਿਕਰ ਪੈ ਗਿਆ ਇੱਜ਼ਤ ਦੀ ਰਾਖੀ ਦਾ। ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ। ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ। ਫਿਰ ਜਿੱਥੇ ਜਿੱਥੇ ਸਿੱਖ ਵਸਦੇ
ਹੋਵੇ ਜਿੱਥੇ ਸਿੱਖ ਵਸਦੇ ਜ਼ੁਲਮੀ ਬੱਦਲ ਝੁੱਲ ਗਏ ਸਭ ਸਰਕਾਰੀ ਅਫਸਰ ਆਪਣੇ ਫਰਜ਼ ਨੂੰ ਭੁੱਲ ਗਏ ਸਭ ਸਰਕਾਰੀ ਅਫਸਰ ਆਪਣੇ ਫਰਜ਼ ਨੂੰ ਭੁੱਲ ਗਏ ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ ਆਹ ਵਿਸ਼ਵ ਦੀਆਂ ਸਰਕਾਰਾਂ ਕਿਸੇ ਨੂੰ ਇੰਜ ਲਤਾੜਿਆ ਨਹੀਂ ਪਾਟੈਰ ਗਲੀ ਸਿੱਖ ਸਾੜੇ ਕਿਸੇ ਨੂੰ ਏਦਾਂ ਸਾੜਿਆ ਨਹੀਂ ਪਾਟੈਰ ਗਲੀ ਸਿੱਖ ਸਾੜੇ ਕਿਸੇ ਨੂੰ ਏਦਾਂ ਸਾੜਿਆ ਨਹੀਂ ਆ ਵੱਖਰਾ ਰਾਹ ਵਿਖਾਇਆ ਸਾਨੂੰ ਮੌਤ ਦੀ ਝਾਕੀ ਦਾ ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ ਓ ਬੇਰਹਿਮੀ ਨਾਲ ਕੋਇਆ ਓ ਬੇਰਹਿਮੀ ਨਾਲ ਕੋਇਆ ਤੇ ਸਿੱਖ ਕੋਕੋ ਮਾਰ ਦਿੱਤੇ ਦਰਗਾਹ ਪੁਰੀਆ ਬਿਨਾਂ ਵਾਰਸੋਂ ਕਰ ਸਸਕਾਰ ਦਿੱਤੇ ਦਰਗਾਹ ਪੁਰੀਆ ਬਿਨਾਂ ਵਾਰਸੋਂ ਕਰ ਸਸਕਾਰ ਦਿੱਤੇ ਓ ਜ਼ਖਮ ਬਹੁਤ ਹੀ ਗਹਿਰਾਈਓ ਹੋ ਜ਼ਖਮ ਬਹੁਤ ਹੀ ਗਹਿਰਾ ਹੋ ਗਿਆ ਬੇ ਇਨਸਾਫੀ ਦਾ ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ ਭੁੱਲ ਨਾ ਜਾਇਓ ਸਿੱਖੋ ਸਾਕਾ ਜੂਨ 84 ਦਾ ਜੁਗੋ ਜੁਗਾ ਟਲ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਆਪਣੇ ਵੱਡ ਵਡੇਰੇ ਜਿਨ੍ਹਾਂ ਨੇ ਕੁਰਬਾਨੀ ਕੀਤੀ 6 ਜੂਨ 1984 ਦੇ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਇਹ ਸਮਾਗਮ ਚੱਲ ਰਹੇ ਨੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਕਵਿਤਾ ਕਹੀ ਜਾ ਰਹੀ ਸੀ ਮੇਰੇ ਸਾਹਮਣੇ ਉਹ ਸਾਰਾ ਹੀ ਸੀਨ ਆ ਰਿਹਾ ਸੀ ਪੰਜਾਬ ਦੀ ਧਰਤੀ ਉੱਤੇ ਕਿਤੇ ਐਸੇ ਬੱਦਲ ਆਏ ਇੰਨੀ ਕਾਲੀ ਬੋਲੀ ਹਨੇਰੀ ਆਈ ਜਿਹਦੇ ਵਿੱਚ ਬਹੁਤ ਸਾਰੇ ਬਹੁ ਗਿਣਤੀ ਮੇਰਾ ਆਪਣਾ ਅੰਦਾਜ਼ਾ ਕਿ ਪੰਜਾਬ ਵਿੱਚ ਐਸਾ ਕੋਈ ਵੀ ਘਰ ਨਹੀਂ ਹੈ ਜਿਸ ਘਰ ਵਿੱਚ ਵੈਣ ਨਾ ਪਏ ਹੋਣ ਭਾਵੇਂ ਰਿਸ਼ਤੇਦਾਰ ਦੇ ਘਰ ਵਿੱਚ ਪਏ ਹੋਣ ਭਾਵੇਂ ਕਿਸੇ ਦੋਸਤ ਦੇ ਘਰ ਵਿੱਚ ਵੈਣ ਪਏ ਹੋਣ
ਭਾਵੇਂ ਕਿਸੇ ਆਪਣੇ ਘਰ ਵਿੱਚ ਜੂਨ 1984 ਤੋਂ ਬਾਅਦ ਜੋ ਕੁਝ ਪੰਜਾਬ ਦੀ ਧਰਤੀ ਉੱਤੇ ਹੋਇਆ ਸੁਣ ਰਹੇ ਨੇ ਘਰਾਂ ਵਿੱਚ ਬੈਠੇ ਮੇਰੇ ਬੜੇ ਸਤਿਕਾਰਯੋਗ ਸਾਡੇ ਨਾਲੋਂ ਵੱਡੀ ਉਮਰ ਦੇ ਬਜ਼ੁਰਗ ਸਾਹਿਬਾਨ ਔਰ ਉਹ ਸਾਰਾ ਕੁਝ ਜਾਣਦੇ ਮੇਰੇ ਛੋਟੇ ਵੀਰ ਗਿਆਨੀ ਭਗਵੰਤ ਭਗਵਾਨ ਸਿੰਘ ਸੂਰਵਿੰਡ ਇਹਨਾਂ ਦੇ ਸਤਿਕਾਰਯੋਗ ਭਾਈਆ ਜੀ ਸਾਡੇ ਵੀ ਭਾਈਆ ਜੀ ਗਿਆਨ ਸਰਦਾਰ ਨਰਵੈਰ ਸਿੰਘ ਜੀ ਕਰਮੂ ਵਾਲੇ ਜਿਹੜੇ ਭਿੰਡਰਾਂ ਵਾਲਾ ਟਾਈਗਰ ਫੋਰਸ ਦੇ ਜਵਾਨ ਸਨ ਸੰਤ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਵਾਲੇ ਉਹਨਾਂ ਦੇ ਨਾਲ ਉਹਨਾਂ ਨੇ ਸੰਘਰਸ਼ ਲੜਿਆ। ਮੈਰੀ ਕਹਿਣ ਤੋਂ ਮੁਰਾਦ ਕਿ ਪੰਜਾਬ ਦੀ ਧਰਤੀ ਉੱਤੇ ਜਦੋਂ ਸ਼ਾਮਾਂ ਦੇ 4 ਵੱਜਦੇ ਸਨ, ਭੈ ਤਾਂ ਸਾਰਾ ਦਿਨ ਹੀ ਬਣਿਆ, ਪਰ ਜਦੋਂ ਸ਼ਾਮਾਂ ਦੇ 4 ਵੱਜਦੇ ਸਨ, ਜੇ ਪੁੱਤਰ ਘਰ ਵਿੱਚ ਆ ਗਿਆ ਮਾਂ ਦੀ ਆਂਦਰਾਂ ਨੂੰ ਠੰਡ ਪੈ ਗਈ, ਜੇ ਭਰਾ ਘਰ ਆ ਗਿਆ ਭੈਣ ਨੇ ਰੋਟੀਆਂ ਦੁੱਖ ਖਾ ਲਈਆਂ, ਜੇ ਪੁੱਤਰ ਘਰ ਆ ਗਿਆ ਤੇ ਬਾਪੂ ਨੇ ਜਿਹੜਾ ਕੋਈ ਕੰਮ ਕਰਨ ਵਾਲਾ ਹੈ, ਕੋਈ ਪਾਣੀ ਧਾਣੀ ਢਾਉਣ ਵਾਲਾ ਢਾ ਲਿਆ, ਨਹੀਂ ਤੇ ਧਿਆਨ ਉਹਦੇ ਵਿੱਚ ਸੀ ਕਿਤੇ ਐਸਾ ਭਾਣਾ ਨਾ ਵਰਤ ਜਾਏ ਕਿ 2 ਗੱਡੀਆਂ ਗਾੜੀਆਂ ਮਿਲਣ ਤੇ ਪੁੱਤਰ ਨੂੰ ਚੁੱਕ ਕੇ ਸ਼ਹੀਦ ਕਰ ਦੇਣ। ਉਹ ਜਿਹੜੀ ਕਾਲੀ ਬੋਲੀ ਹਨੇਰੀ ਜਿਹਦੇ ਵਿੱਚ ਕਿਸੇ ਦੀ ਵੀ ਕੋਈ ਫਰਿਆਦ ਨਹੀਂ ਸੀ ਸੁਣੀ ਜਾਂਦੀ, ਬੱਚਾ ਪੜ੍ਹਨ ਵਾਸਤੇ ਘਰੋਂ ਗਿਆ ਪਤਾ ਨਹੀਂ ਵਾਪਸ ਆਏਗਾ ਕਿ ਨਹੀਂ, ਬੱਚਿਆਂ ਦਾ ਬਾਪੂ ਕੁਝ ਰਾਸ਼ਨ ਲੈਣ ਵਾਸਤੇ ਜਾਂ ਕਿਸੇ ਕੰਮ ਕਾਰ ਵਾਸਤੇ ਘਰੋਂ ਗਿਆ, ਜਿੰਨਾ ਚਿਰ ਉਹ ਵਾਪਸ ਘਰ ਨਹੀਂ ਆ ਗਿਆ ਪਤਾ ਨਹੀਂ ਕੀ ਸੁਨੇਹਾ ਆਏਗਾ, ਉਹ ਆਏਗਾ ਕਿ ਨਹੀਂ ਆਏਗਾ। ਚੁੰਬੇ ਉੱਤੇ ਗੁੜ ਕੱਢਦੇ ਮਜ਼ਦੂਰ ਮਾਲਕ ਪਤਾ ਨਹੀਂ ਕਦੋਂ ਘੇਰਾ ਪੈ ਜਾਣਾ, ਔਰ ਉਹਨਾਂ ਸਾਰਿਆਂ ਨੂੰ ਫੜ ਕੇ ਕਮਾਦ ਪੀੜਦਿਆਂ ਨੂੰ ਕਮਾਦ ਛਿਲਦਿਆਂ ਨੂੰ ਗੁੜ ਕੱਢਦਿਆਂ ਨੂੰ ਪੱਠੇ ਵੱਢਦਿਆਂ ਨੂੰ ਪਤਾ ਨਹੀਂ ਕਦੋਂ ਮੌਰਾਂ ਵਿੱਚ ਵੱਟ ਮਾਰ ਕੇ ਅੱਗੇ ਲਾ ਲੈਣਾ ਅਤੇ ਕਿਸ ਸੂਏ ਉੱਤੇ ਜਾ ਕੇ ਮੁਕਾਬਲਾ ਬਣਾ ਦੇਣਾ। ਇੰਨੀ ਜ਼ੁਲਮੀ ਹਨੇਰੀ ਛਾਈ ਪੰਜਾਬ ਉੱਤੇ, ਉਹ ਦੌਰ ਕਿਸਾਨ ਨੇ ਕਮਾਦ ਲਾ ਦਿੱਤਾ ਕਿ ਬੱਚੇ ਪਾਲਾਂਗੇ, ਵੇਚ ਕੇ ਇਹਨੂੰ ਕੋਈ 4 ਪੈਸੇ ਵੱਟਾਂਗੇ। ਮੁਖਬਰ ਨੇ ਵੇਖਿਆ ਕਿ ਇਹਨੇ ਮੇਰੇ ਨਾਲੋਂ ਤਕੜੇ ਹੋ ਜਾਣਾ, ਮੈਂ ਤਾਂ ਵੱਢੀ ਦੇ ਪੈਸੇ ਖਾਣੇ। ਉਹਨੇ ਥਾਣੇ ਜਾ ਕੇ ਮੁਖਬਰੀ ਕਰ ਦੇਣੀ ਕਿ ਫਲਾਣਾ ਜਿਹੜਾ ਕਮਾਦ ਹੈ 5-4 ਕਿੱਲਿਆਂ ਦਾ, ਉਹਦੇ ਵਿੱਚ ਮੈਂ ਸਿੰਘ ਵੇਖੇ ਆ, ਉਹਨਾਂ ਬੁਲਟ ਪਰੂਫ ਟਰੈਕਟਰ ਲਿਆਉਣੇ, ਜਿਉਂ ਸੁਹਾਗਾ ਬੰਨਣਾ ਵਿੱਚੋਂ ਕੁਝ ਨਿਕਲੇ ਨਾ ਨਿਕਲੇ ਸਾਰੀ ਫਸਲ ਤਬਾਹ ਕਰ ਜਾਣਾ। ਉਲਟਾ ਪਰਿਵਾਰ ਨੂੰ ਤਸ਼ੱਦਤ ਇੰਨਾ ਝੱਲਣਾ ਪੈਣਾ ਕਿ ਧੀਆਂ ਦੇ ਸਾਹਮਣੇ ਭੈਣਾਂ ਦੇ ਸਾਹਮਣੇ ਜਦੋਂ ਬਾਪੂ ਨੂੰ ਕੁੱਟ ਪੈਂਦੀ ਹੋਵੇ, ਭਰਾ ਨੂੰ ਕੁੱਟ ਪੈਂਦੀ ਹੋਵੇ, ਜਾਂ ਭਰਾ ਦੀਆਂ ਬਾਹਾਂ ਵਧੀਆਂ ਹੋਣ, ਭੈਣ ਦੇ ਮੂੰਹ 'ਤੇ ਚਪੇੜਾਂ ਪੈ ਰਹੀਆਂ ਹੋਣ,
ਫਿਰ ਪਤਾ ਲੱਗਦਾ ਕਿ ਉਹ ਦੌਰ ਕਿਹੋ ਜਿਹਾ। ਇੰਨਾ ਦੌਰ ਮਾੜਾ ਚੱਲਿਆ ਔਰ ਘਰਾਂ ਤੋਂ ਚੁੱਕ ਕੇ ਸਾਡੇ ਨੌਜਵਾਨ ਵੀਰ ਜਿਨ੍ਹਾਂ ਦੇ ਸਰੀਰ ਪਾੜ ਕੇ ਕਰਦਾਂ ਨਾਲ ਉਹਨਾਂ ਦੇ ਸਰੀਰਾਂ ਵਿੱਚ ਨਮਕ ਭਰ ਕੇ ਮਿਰਚਾਂ ਭਰ ਕੇ ਉੱਪਰੋਂ ਸੀਦੇ ਨੇ। ਇਹੋ ਜਿਹਾ ਵੀ ਦੌਰ ਰਿਹਾ ਪੰਜਾਬ ਦੀ ਧਰਤੀ ਉੱਥੇ। ਇੱਕ ਮਹਾਂਪੁਰਖ ਸੰਤ ਬਾਬਾ ਚਰਨ ਸਿੰਘ ਜੀ, ਬੀੜ ਬਾਬਾ ਬੁੱਢਾ ਸਾਹਿਬ ਵਾਲੇ, ਜਿਹੜੇ ਹਰ ਭੋਗ ਉੱਤੇ ਪਹੁੰਚਦੇ ਸਨ, ਜਾ ਕੇ ਲੰਗਰ ਲਾਉਂਦੇ ਸਨ, ਪਰ ਸਰਕਾਰ ਨੂੰ ਉਹ ਵੀ ਨਹੀਂ ਪਾਉਂਦਾ, ਕਿਉਂਕਿ ਸਰਕਾਰ ਚਾਹੁੰਦੀ ਸੀ ਪੰਜਾਬ ਨੂੰ ਬਰਬਾਦ ਕਰਨਾ। ਸਰਕਾਰ ਚਾਹੁੰਦੀ ਸੀ ਕਿ ਜਿਹੜੀ ਇਹ ਨੌਜਵਾਨ ਪੀੜ੍ਹੀ ਆ ਇਹਨੂੰ ਇੱਕ ਵਾਰ ਖਤਮ ਕਰ ਦਈਏ। ਕੋਈ ਵੀ ਪੱਗ ਬੰਨ ਨੌਜਵਾਨ ਨਜ਼ਰ ਨਹੀਂ ਆਉਣਾ ਚਾਹੀਦਾ, ਜਿਹਦੇ ਸਿਰ ਉੱਤੇ ਖੱਟੀ ਦਸਤਾਰ, ਕਾਲੀ ਦਸਤਾਰ, ਨੀਲੀ ਦਸਤਾਰ, ਚਿੱਟੀ ਦਸਤਾਰ ਵੇਖਣੀ, ਉਹਦਾ ਸੁੰਦਰ ਦਾੜਾ ਵੇਖਣਾ, ਅੰਮ੍ਰਿਤ ਧਾਰੀ ਵੇਖਣਾ, ਕਿ ਚੀਚੀਆਂ ਚੜ੍ਹ ਜਾਂਦੀਆਂ ਸੀ ਉਸ ਵਕਤ ਹਕੂਮਤ ਨੂੰ ਕਿ ਕਿੱਥੋਂ ਆਇਆ। ਅਸੀਂ ਮਾਰਨਾ ਚਾਹੁੰਦੇ ਹਾਂ, ਅਸੀਂ ਬਰਬਾਦ ਕਰਨਾ ਚਾਹੁੰਦੇ, ਪਰ ਇਹ ਲੋਕ ਫਿਰ ਸਾਡੇ ਸਾਹਮਣੇ ਚੜ੍ਹਦੀ ਕਲਾ ਵਿੱਚ ਆ ਰਹੇ ਨੇ। ਇਹੋ ਜਿਹਾ ਦੌਰ ਪੰਜਾਬ ਨੇ ਹੰਢਾਇਆ। ਕਹਾਣੀ ਕੀ ਕਿ ਸਾਡੇ ਪੁਰਖੇ ਸਾਡੇ ਵੱਡੇ ਹੱਕ ਮੰਗਦੇ ਹੈ, ਅਸੀਂ ਅੱਜ ਵੀ ਹੱਕ ਮੰਗਦੇ ਹਾਂ, ਪਰ ਹੱਕ ਦੇ ਬਦਲੇ ਸਾਨੂੰ ਗੋਲੀ ਦਿੱਤੀ ਜਾਂਦੀ। ਹਿੰਦੁਸਤਾਨ ਦੀ ਤਾਰੀਖ ਦੇ ਵਿੱਚ ਇਹ ਇਤਿਹਾਸ ਹੈ ਸਿੱਖਾਂ ਦਾ ਕਿ ਜੇ ਚੰਦੂ ਨੇ ਵਧੀਕੀ ਕੀਤੀ ਤੇ ਫਿਰ ਹਕੂਮਤ ਨੇ ਚੰਦੂ ਨੂੰ ਹੀ ਫੜਾ ਦਿੱਤਾ। ਬਾਬਰੀ ਵੰਸ਼ ਦਾ ਕਾਨੂੰਨ ਹੈ, ਸਜ਼ਾਏ ਮੌਤ ਬਾਦਸ਼ਾਹ ਦਿੰਦਾ ਹੈ ਔਰ ਹਵਾਲੇ ਮਦਈ ਦੇ ਕੀਤਾ ਜਾਂਦਾ। ਇਹੀ ਕਹਾਣੀ ਸੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਨੇ ਸਜ਼ਾ ਦਿੱਤੀ, ਹਵਾਲੇ ਚੰਦੂ ਦੀਵਾਨ ਦੇ ਕੀਤਾ ਗਿਆ। ਚੰਦੂ ਦੀਵਾਨ ਆਪਣੀ ਹਵੇਲੀ ਵਿੱਚ ਲੈ ਗਿਆ, ਸਤਿਗੁਰ ਜੀ ਨੂੰ ਕਹਿਣ ਲੱਗਾ 2 ਲੱਖ ਰੁਪਈਆ ਜੁਰਮਾਨਾ ਮੈਂ ਦੇ ਦੇਵਾਂਗਾ, ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰੋ। ਸਤਿਗੁਰ ਜੀ ਕਹਿਣ ਲੱਗੇ ਸੰਗਤ ਦਾ ਫੈਸਲਾ ਹੈ। ਔਰ ਜਦੋਂ ਸਮਾਂ ਬਣਿਆ ਫਿਰ ਸਰਕਾਰ ਨੇ ਵੇਖਿਆ ਕਿ ਚੰਦੂ ਗੁਨਾਹੀ ਹੈ, ਉਹਨੂੰ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਹਵਾਲੇ ਕੀਤਾ ਗਿਆ। ਦਿੱਲੀ ਤੋਂ ਬਾਬਾ ਬਿਧੀ ਚੰਦ ਜੀ ਨੇ ਇਹਨੂੰ ਨੱਥ ਮਾਰੀ, ਜੁੱਤੀ ਫੇਰ ਦੇ ਇਹਨੂੰ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਲਾਹੌਰ ਦੇ ਬਾਜ਼ਾਰਾਂ ਵਿੱਚ ਇਹਨੂੰ ਕੋ ਕੋ ਕੇ ਮਾਰ ਦਿੱਤਾ, ਕਿਉਂਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ, ਉਹਦਾ ਬੇੜਾ ਹੀ ਇੰਨਾ ਪਾਪਾਂ ਨਾਲ ਭਰ ਜਾਂਦਾ ਹੈ ਕਿ ਉਹ ਮੁੜ ਕੇ ਸਾਰਿਆਂ ਨੂੰ ਹੀ ਲੈ ਡੁੱਬਦਾ। ਅਹਿਮਦ ਸ਼ਾਹ ਅਬਦਾਲੀ ਘੱਲੂ ਘਾਰਾ ਕਰਦਾ, 30,000 ਤੋਂ ਵੱਧ ਖਾਲਸੇ ਸਿੱਖ ਸਿੰਘਣੀਆਂ ਬੱਚੇ ਬਜ਼ੁਰਗ ਸ਼ਹੀਦ ਕਰਦਾ ਔਰ ਖਾਲਸੇ ਉਹਦੇ ਕੋਲੋਂ ਬਦਲਾ ਲੈਂਦੇ ਹੈ। 4 ਵਾਰ ਉਹਦੇ ਉੱਤੇ ਇੰਨਾ ਜਾਨਲੇਵਾ ਹਮਲਾ ਕੀਤਾ ਕਿ ਉਹ ਲਾਸ਼ਾਂ ਵਿੱਚ ਲੁਕ ਕੇ ਬਚਦਾ ਰਿਹਾ। ਆਖਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਉਹਨੇ ਵੀ ਅੜਾਉਣਾ ਚਾਹਿਆ ਬਾਰੂਦ ਦੇ ਨਾਲ। ਐਸੀ ਇੱਟ
ਉਸ ਜ਼ਾਲਮ ਦੇ ਨੱਕ ਉੱਤੇ ਵੱਜੀ ਨਸੂਰ ਬਣ ਗਿਆ, ਉਸੇ ਦੀ ਹੀ ਜ਼ਖਮ ਦੀ ਤਾਬ ਨਾ ਚੱਲਦਾ ਹੋਇਆ ਅੰਤੋਂ ਮਰ ਗਿਆ। ਖਾਨ ਬਹਾਦਰ ਜ਼ਕਰੀਆ ਖਾਨ ਅਬਦੁਲ ਸਮਦ ਖਾਨ ਦਾ ਪੁੱਤਰ, ਉਹ ਬੜੇ ਜ਼ੁਲਮ ਕਰਦਾ, ਸਿੰਘਾਂ ਨੂੰ ਸ਼ਹੀਦ ਕਰਦਾ। ਉਹ ਕਹਿੰਦਾ ਕਿ ਮੈਂ ਕੌਮ ਸਿੱਖ ਕੌਮ ਰਹਿਣ ਹੀ ਨਹੀਂ ਦੇਣੀ। 25 ਸਾਲ ਦਾ ਨੌਜਵਾਨ ਗੱਭਰੂ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਨਗਰ ਪੂਲਿਆਂ ਦੇ ਰਹਿਣ ਵਾਲੇ ਭਾਈ ਤਾਰੂ ਸਿੰਘ ਜੀ, ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਗਿਆ ਹਰਭਗਤ ਨਿਰੰਜਣੀ ਦੇ ਆਖੇ। ਜਦੋਂ ਲਾਹੌਰ ਵਿੱਚ ਪਹੁੰਚੇ, ਪੜਾਣੇ ਦੀ ਸੰਗਤ ਨੇ ਕਿਹਾ ਕਿ ਸਿੰਘ ਸਾਹਿਬ ਜੀ ਪੈਸੇ ਦੇ ਦਿੰਦੇ ਆ, ਛਡਾ ਲੈਂਦੇ ਆ। ਉਹਨਾਂ ਕਿਹਾ ਨਹੀਂ, ਉਹਨਾਂ ਕਿਹਾ ਪੁਲਿਸ ਕੋਲੋਂ ਜਬਰੀ ਛਡਾ ਲੈਂਦੇ। ਉਹਨਾਂ ਕਿਹਾ ਨਹੀਂ, ਸਾਰੇ ਪਿੰਡ ਉੱਤੇ ਆਫਤ ਆਏਗੀ, ਨਾਲੇ ਅਸੀਂ ਬੇਕਸੂਰ ਹਾਂ, ਸਾਡਾ ਕੋਈ ਕਸੂਰ ਨਹੀਂ। ਲਾਹੌਰ ਜਾਵਾਂਗੇ, ਵਿਚਾਰਾਂ ਹੋਣਗੀਆਂ, ਫਿਰ ਵੇਖੀ ਜਾਏਗੀ ਕੀ ਹੋਏਗੀ। ਕਹਾਣੀ ਇੱਥੋਂ ਤੱਕ ਚਲੇ ਗਈ। ਖਾਨ ਬਹਾਦਰ ਜ਼ਕਰੀਆ ਖਾਨ ਨੇ 25 ਸਾਲ ਦੇ ਨੌਜਵਾਨ ਭਾਈ ਤਾਰੂ ਸਿੰਘ ਨੂੰ ਕਿਹਾ, ਤਾਰੂ ਸਿੰਘਾ, ਤੇਰੇ ਖਿਲਾਫ਼ ਬੜੀਆਂ ਰਿਪੋਰਟਾਂ ਪਹੁੰਚੀਆਂ, ਤੂੰ ਅੰਮ੍ਰਿਤ ਧਾਰੀ ਹੈ, ਖਾਲਸਿਆਂ ਨੂੰ ਰਾਤ ਬਰਾਤੇ ਪ੍ਰਸ਼ਾਦੇ ਛਕਾਉਣਾ। ਉਹਨਾਂ ਕਿਹਾ ਜੀ, ਇਹ ਧਰਮ ਹੈ ਸਾਡਾ ਅਤੇ ਅਸੀਂ ਆਪਣਾ ਧਰਮ ਨਿਭਾ ਰਹੇ, ਇਸਲਾਮ ਕਬੂਲ ਹੈ। ਉਹਨਾਂ ਕਿਹਾ, ਖਾਨ ਬਹਾਦਰ ਜ਼ਕਰੀਆ ਖਾਨਾ, ਜੇ ਮੈਂ ਤੈਨੂੰ ਕਹਾਂ ਤੂੰ ਇਸਲਾਮ ਛੱਡ ਕੇ ਸਾਡੇ ਧਰਮ ਵਿੱਚ ਆ ਜਾ, ਕੀ ਤੈਨੂੰ ਪ੍ਰਵਾਨ ਹੈ? ਮੱਥੇ ਉੱਤੇ ਵੱਟ ਪੈ ਗਏ। ਖਾਨ ਬਹਾਦਰ ਜ਼ਕਰੀਆ ਖਾਨ ਨੇ ਕਿਹਾ, ਤੈਨੂੰ ਇਹਨਾਂ ਕੇਸਾਂ ਦਾ ਮਾਣ, ਤੇਰੀ ਜਿਹੜੀ ਸਿੱਖੀ ਕੇਸਾਂ ਨਾਲ ਹੀ ਆ ਨਾ, ਅਤੇ ਮੈਂ ਤੇਰੇ ਕੇਸ ਕਤਲ ਕਰਵਾ ਦੇਣਾ। 25 ਸਾਲ ਦੇ ਨੌਜਵਾਨ ਗੱਭਰੂ ਜਿਹੜਾ ਧਰਮ ਦੀ ਕਿਰਤ ਕਰਦਾ, ਦੋ ਵਕਤ ਨਿਤਨੇਮ ਕਰਦਾ, ਉਹਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੇ ਤੇ ਗੱਲ ਹੋਵੇ ਮੇਰੀ, ਮੇਰੇ ਸਰੀਰ ਦੀ, ਇਹਦੇ ਉੱਤੇ ਹਜ਼ਾਰਾਂ ਕਸ਼ਟ ਆ ਜਾਣ, ਇਹ ਜਮੂਰਾਂ ਨਾਲ ਟੁੱਟ ਜਾ, ਭਾਵੇਂ ਹੱਡੀਆਂ ਪੀ ਪੀ ਕੇ ਜ਼ਾਲਮ ਤੋੜਨ, ਮੈਨੂੰ ਕੋਈ ਭੈ ਨਹੀਂ, ਮੇਰੇ ਦਿਲ ਵਿੱਚ ਰੱਤੀ ਵੀ ਡਰ ਨਹੀਂ, ਕਿਉਂਕਿ ਮੈਂ ਤੇਰੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ। ਪਰ ਸੱਚੇ ਪਾਤਸ਼ਾਹ, ਇਹ ਤਾਂ ਪੈ ਹੀ ਤੇਰੀ ਮੋਹਰ ਨੂੰ ਗਏ, ਹੁਣ ਇੱਥੇ ਤੁਸੀਂ ਕਿਰਪਾ ਕਰੋ, ਮੇਰੇ ਕੇਸਾਂ ਦੀ ਰਾਖੀ ਤੁਸੀਂ ਕਰੋ। ਅਤੇ ਹੁੰਦੀ ਕਹਿੰਦੇ, ਸੱਦਿਆ ਗਿਆ ਨਾਈ ਨੂੰ, ਜਦੋਂ ਕੇਸ ਕਤਲ ਕਰਨ ਲੱਗਾ, ਕੇਸ ਕਤਲ ਨਾ ਹੋਏ, ਖਾਨ ਬਹਾਦਰ ਜ਼ਕਰੀਆ ਖਾਨ ਤਲਮਲਾ ਉੱਠਿਆ। ਉਹਨੇ ਕਿਹਾ, ਤਾਰੂ ਸਿੰਘਾ, ਕੀ ਜੰਤਰ ਕੀਤਾ ਜੀ, ਕੀ ਮੰਤਰ ਪੜ੍ਹਿਆ ਜੀ? ਉਹਨੇ ਕਿਹਾ, ਮੈਂ ਆਪਣੇ ਗੁਰੂ ਦੀ ਬਾਣੀ ਪੜ੍ਹੀ, ਅਰਦਾਸ ਕੀਤੀ ਹੈ। ਉਹਨੇ ਕਿਹਾ, ਕੇਸ ਤਾਂ ਤੇਰੇ ਮੈਂ ਨਹੀਂ ਛੱਡਾਂਗਾ, ਭਾਵੇਂ ਮੈਨੂੰ ਖੋਪਰੀ ਨਾ ਉਡਾਉਣੀ ਪਵੇ ਸਮੇਤ ਕੇਸਾਂ ਦੇ। ਉਹਨੇ ਕਿਹਾ, ਇਹ ਕੋਈ ਗੱਲ ਨਹੀਂ, ਇਹ ਕਹਾਣੀ, ਪਰ ਇਹ ਗੱਲ ਤੂੰ ਵੀ ਯਾਦ ਰੱਖੀ ਕਿ ਤੈਨੂੰ ਮੈਂ ਜੁੱਤੀ ਅੱਗੇ ਲਾ ਕੇ ਖੜਨਾ। ਖਾਨ ਬਹਾਦਰ ਜ਼ਕਰੀਆ ਖਾਨ ਨੇ ਆਖਿਆ, ਤਾਰੂ ਸਿੰਘਾ, ਇਹ ਵਸ ਦੀ ਕਹਾਣੀ ਨਹੀਂ, ਬੰਦੇ ਦੀ ਜਦੋਂ ਮੌਤ ਆਉਂਦੀ ਹੈ ਨਾ, ਉਦੋਂ ਬੰਦਾ ਤੜਫਦਾ, ਕੋਈ ਵੀ ਚੀਜ਼ ਹੋਵੇ, ਕਿਸੇ ਵੀ ਜਾਨ ਵਾਲੀ ਚੀਜ਼ ਨੂੰ ਫੜ ਲਵੋ, ਜਦੋਂ ਉਹਨੂੰ ਮੌਤ ਦੇ ਘਾਟ ਉਤਾਰਨਾ ਹੋਵੇ, ਉਹ ਤੜਫੇਗੀ, ਤੈਨੂੰ ਮੌਤ ਦੀਦੀ ਹੈ, ਤੂੰ ਆਪਣੇ ਮੂੰਹ ਵਿੱਚੋਂ ਗੱਲਾਂ ਕਰੀ ਜਾ ਰਿਹਾ। ਉਹਨੇ ਕਿਹਾ, ਨਹੀਂ ਖਾਨ ਬਹਾਦਰ ਜ਼ਕਰੀਆ ਖਾਨਾ, ਤੂੰ ਚਰਖੀ ਉੱਤੇ ਮੈਨੂੰ ਚਾੜਿਆ, ਤੂੰ ਮੇਰੇ ਖੋਪਰ ਲਾਉਣ ਦੀ ਕਹਾਣੀ ਕਹੀ ਹੈ। ਉਹਨੇ ਕਿਹਾ, ਛੇਤੀ ਹੀ ਤੂੰ ਇਸ ਕਲਬੂਤ ਵਿੱਚੋਂ ਤੇਰੀ ਜਿਹੜੀ ਰੂਹ ਹੈ ਉਹ ਇੰਨੀ ਕੰਬੇਗੀ ਕਿ ਭੌਂਕੇ ਕਿਸੇ ਵੀ ਜਿਸਮ ਵਿੱਚ ਆਉਣ ਵਾਸਤੇ ਉਹ ਤਿਆਰ ਨਹੀਂ ਹੋਏਗੀ, ਇੰਨੇ ਮੈਂ ਤਸੀਹੇ ਦੇਵਾਂਗਾ ਤੈਨੂੰ। ਉਹਨੇ ਕਿਹਾ, ਖਾਨ ਬਹਾਦਰ ਜ਼ਕਰੀਆ ਖਾਨਾ,
ਇੱਕ ਗੱਲ ਯਾਦ ਰੱਖੀ, ਜਿੰਨਾ ਚਿਰ ਮੈਂ ਤੈਨੂੰ ਜੁੱਤੀ ਅੱਗੇ ਨਹੀਂ ਲਾ ਲੈਂਦਾ, ਮੈਂ ਇਸ ਕਲਬੂਤ ਵਿੱਚੋਂ ਉਸ ਰੂਹ ਨੂੰ ਆਜ਼ਾਦੀ ਨਹੀਂ ਦੇਵਾਂਗਾ। ਇਹ ਹੈ ਭਰੋਸਾ ਸਿੱਖ ਦਾ ਗੁਰੂ ਉੱਤੇ, ਇਹ ਹੈ ਵਿਸ਼ਵਾਸ ਸਿੱਖ ਦਾ ਗੁਰੂ ਉੱਤੇ। ਔਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਦਾ ਖੋਪਰ ਲਾ ਕੇ ਕਹਿੰਦੇ ਨੇ ਕਿ ਲਾਹੌਰ ਵਿੱਚ ਸਭ ਨਾਲੋਂ ਜਿਹੜਾ ਮੈਲਾ ਪਾਣੀ ਚੱਲਦਾ, ਨਾਲਾ ਚੱਲਦਾ, ਉਹਦੇ ਕੰਢੇ ਉੱਤੇ ਇੱਕ ਖੱਡ ਵਿੱਚ ਭਾਈ ਜੀ ਨੂੰ ਸਟਾ ਦਿੱਤਾ। ਉੱਪਰ ਮੱਖੀਆਂ ਬਹਿੰਦੀਆਂ ਨੇ, ਸਹਿਜਧਾਰੀ ਸਿੱਖ ਥੋੜ੍ਹਾ ਜਿਹਾ ਸਮੁੰਦਰ ਲੈ ਕੇ ਆਉਂਦਾ, ਦੁਸ਼ਮਣ ਤੋਂ ਬਚਦਾ ਬਚਾਉਂਦਾ। ਉਹ ਬੇਨਤੀ ਕਰਦਾ, ਭਾਈ ਤਾਰੂ ਸਿੰਘ ਜੀ ਉਹ ਇਸ ਸਰੀਰ ਵਿੱਚੋਂ ਆਪਣੀ ਰੂਹ ਨੂੰ ਆਗਿਆ ਦੇ ਦੇਵੋ। ਉਹ ਕਹਿੰਦੇ ਨਹੀਂ, ਅਜੇ ਜਿੰਨਾ ਚਿਰ ਕੀਤਾ ਹੋਇਆ ਜਿਹੜਾ ਬਚਨ ਆ ਪੂਰਾ ਨਹੀਂ ਹੁੰਦਾ, ਉਹਨਾਂ ਚਿਰ ਨਹੀਂ ਸਰੀਰ ਵਿੱਚੋਂ ਜਿੰਦ ਨੂੰ ਜਾਣ ਦੇਵਾਂ। 22-23 ਦਿਨ ਇਤਿਹਾਸ ਕਹਿੰਦਾ ਕਿ ਭਾਈ ਤਾਰੂ ਸਿੰਘ ਜੀ ਜਿਉਂਦੇ ਰਹੇ। ਆਖਰ ਬੰਨ ਪਿਆ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਭਾਈ ਤਾਰੂ ਸਿੰਘ ਦਾ ਜੋੜਾ ਖਾਨ ਬਹਾਦਰ ਜ਼ਕਰੀਆ ਖਾਨ ਦੇ ਸਿਰ ਵਿੱਚ ਵੱਜਾ। 21 ਦਿਨ ਜੁੱਤੀਆਂ ਦੀ ਮਾਰ ਖਾਂਦਾ ਹੋਇਆ ਖਾਨ ਬਹਾਦਰ ਜ਼ਕਰੀਆ ਖਾਨ ਸੰਸਾਰ ਵਿੱਚੋਂ ਕੂਚ ਕਰ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ। ਇੱਥੇ ਹੀ ਕਹਾਣੀ ਬਸ। ਲੱਖੂ ਨੇ ਹੁਕਮ ਪਾ ਕੇ ਜਿਹੜਾ ਘੱਲੂ ਘਰ ਆ ਕਾਨੂੰ ਆਣ ਦੇ ਸ਼ੰਭ ਦਾ ਕੀਤਾ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ, ਪਰ ਜਦੋਂ ਉਹ ਖਾਲਸੇ ਦੇ ਹੱਥ ਆ ਗਿਆ ਲੱਖੂ, ਉਹ ਮੰਗਦਾ ਸੀ ਮੌਤ, ਪਰ ਮੌਤ ਵੀ ਉਹਨੂੰ ਨਹੀਂ ਸੀ ਆ ਰਹੀ। ਦੁਨੀਆਂ ਵਿੱਚ ਸਭ ਨਾਲੋਂ ਜੇ ਕੋਈ ਤ੍ਰਾਸਦੀ ਦੀ ਮੌਤ ਮਰਿਆ ਤੇ ਉਹ ਕਲਾਨੌਰ ਦੇ ਰਹਿਣ ਵਾਲੇ ਦੋ ਭਰਾਵਾਂ ਵਿੱਚੋਂ ਇੱਕ ਦਾ ਸਿਰ ਵੱਢ ਦਿੱਤਾ ਖਾਲਸਿਆਂ ਨੇ, ਤੇ ਦੂਜੇ ਨੇ ਜਿਹਨੇ ਜ਼ੁਲਮ ਕੀਤਾ ਉਹਨੂੰ ਗਰਕੀ ਵਿੱਚ ਸੁੱਟ ਕੇ ਐਸੀ ਮੌਤ ਮਾਰਿਆ ਗਿਆ ਕਿ ਉਹਦੇ ਸਰੀਰ ਵਿੱਚ ਕਿਰਮ ਚੱਲ ਗਈ। ਜਿੰਨੇ ਵੀ ਅੱਜ ਤੱਕ ਪੰਜਾਬ ਉੱਤੇ ਜ਼ੁਲਮ ਕੀਤਾ, ਪੰਜਾਬ ਉੱਤੇ ਤਸ਼ੱਦਦ ਢਾਇਆ, ਸਿੱਖ ਕੌਮ ਨੂੰ ਬਰਬਾਦ ਕਰਨਾ ਚਾਹਿਆ, ਉਹਦੇ ਬਹੁਤੇ ਦਿਨ ਨਹੀਂ ਲੰਘਦੇ ਕਿਉਂਕਿ ਇਹ ਬਦਲਾ ਲੈਣ ਜਾਂਦੇ ਨੇ। ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਹਿੰਦੁਸਤਾਨ ਦੀ ਸਰਕਾਰ ਇੰਡੀਅਨ ਆਰਮੀ ਨੇ ਹਮਲਾ ਕੀਤਾ, ਬਸ ਸਿੰਘਾਂ ਦੇ ਸ਼ਹੀਦ ਹੋਣ ਦੀ ਡੇਰ ਸੀ। ਉਸ ਦਿਨ ਤੋਂ ਇੰਦਰਾ ਨੇ ਆਪਣੇ ਦਿਨ ਗਿਣਨੇ ਸ਼ੁਰੂ ਕਰ ਦਿੱਤੇ। ਆਖਰ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਨੇ ਕਰਕੇ ਵਿਚਾਰ ਕਿਹਾ ਕਿ ਵੀਰਾ, ਇਸ ਪਾਪਣ ਦਾ ਭੋਗ ਪਾਈਏ, ਇਹਨੂੰ ਸਦਾ ਦੀ ਨੀਂਦ ਸਵਾ ਦੇਈਏ। ਜੱਗ ਸਾਰੀ ਜ਼ਿੰਦਗੀ, ਜਿੰਨਾ ਚਿਰ ਸੂਰਜ ਚੰਦ ਤਾਰੇ ਧਰਤੀ ਰਹੇਗੀ, ਯੋਧਿਆਂ ਦੀਆਂ ਵਾਰਾਂ ਗਾਉਂਦੇ ਆਏ ਨੇ ਸੂਰਮੇ, ਢਾਡੀ ਕਵੀਸ਼ਰ ਕਵੀ ਜਨ ਸਦਾ ਸਟੇਜਾਂ ਉੱਤੇ ਜਿਉਂਦੇ ਰਹਾਂਗੇ। ਆਪਾਂ ਇਹ ਕਾਰਜ ਕਰ ਚੱਲੀਏ ਕਿਉਂਕਿ ਇਸ ਪਾਪਨ ਨੇ ਕੌਮ ਨੂੰ ਹੱਥ ਪਾਇਆ ਤੇ ਕੌਮ ਦਾ ਬਦਲਾ ਆਪਾਂ ਲਈਏ। ਜੀ ਬਾਈ, ਆਖਿਆ ਬੇਅੰਤ ਸਿੰਘ ਨੇ ਸੀ, ਸੁਣ ਸਤਵੰਤ ਸਿੰਘਾ ਓਏ ਵੀਰਾ, ਅੱਜ ਦਾਗੀ ਹੋ ਗਿਆ ਏ ਹੀਰਿਆ ਸਿੱਖ ਕੌਮ ਦਾ ਚੀਰਾ। ਕਰਕੇ ਅਰਦਾਸਾ ਤੇ ਲੰਗਾ ਬਾਗ ਦਾਗ ਪੱਗ ਦਾ ਲਾਈਏ, ਜੱਗ ਵਾਰਾਂ ਗਾਊਗਾ ਜੇਕਰ ਭੋਗ ਪਾਪਣ ਦਾ ਪਾਈਏ। ਆਖਿਆ ਬੇਅੰਤ ਸਿੰਘ ਨੇ ਸੀ, ਸੁਣ ਸਤਵੰਤ ਸਿੰਘਾ ਓਏ ਵੀਰਾ, ਅੱਜ ਦਾਗੀ ਹੋ ਗਿਆ ਏ ਹੀਰਿਆ ਸਿੱਖ ਕੌਮ ਦਾ ਚੀਰਾ। ਕਰਕੇ ਅਰਦਾਸਾ ਤੇ ਲੰਗਾ ਦਾਗ ਪੱਗ ਦਾ ਲਾਈਏ,
ਜੱਗ ਵਾਰਾ ਗਾਊਗਾ ਦੇ ਕਰ ਭੋਗ ਇੰਦਰਾਂ ਦਾ ਪਾਈਏ ਓਏ ਸਿਰੰਗਲੀ ਦੁਨੀਆ ਤੇ ਬੰਦਾ ਤੁਰ ਜਾਏ ਫੇਰਾ ਪਾ ਕੇ ਉਹਨਾਂ ਦਾ ਨਾਮ ਰਹੇ ਨਾਮ ਰਹੇ ਜਿਹੜੇ ਨੇਕੀ ਜਾਣ ਕਮਾ ਕੇ ਉਹਨਾਂ ਦਾ ਨਾਮ ਰਹੇ ਜਿਹੜੇ ਨੇਕੀ ਜਾਣ ਕਮਾ ਕੇ ਰੱਖੀਏ ਨੇਕੀ ਦੀ ਨੇਕੀ ਦੀ ਆਪਾਂ ਕਿਲਾ ਕੁਫਰ ਦਾ ਢਾਈਏ ਨੀ ਰੱਖੀਏ ਨੇਕੀ ਦੀ ਆਪਾਂ ਕਿਲਾ ਕੁਫਰ ਦਾ ਢਾਈਏ ਜੱਗ ਵਾਰਾਂ ਗਾਊਗਾ ਜੱਗ ਵਾਰਾਂ ਗਾਊਗਾ ਇਹ ਕਰ ਭੋਗ ਪਾਪਣ ਦਾ ਪਾਈਏ ਓ ਪਾਪਣ ਹਥਿਆਰੀ ਨੇ ਸਾਡਾ ਡਰ ਹੀ ਦਿਲੋਂ ਪਲਾਤਾ ਸਾਡਾ ਡਰ ਹੀ ਦਿਲੋਂ ਪਲਾਤਾ ਸੁਪਰੀਮ ਛੇਵੇਂ ਸਤਿਗੁਰ ਦਾ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਛੇਵੇਂ ਸਤਿਗੁਰ ਦਾ ਇਸਨੇ ਤੋਪਾਂ ਨਾਲ ਉਡਾਤਾ ਮੱਸੇ ਰੰਗੜ ਦੇ ਆਪਾਂ ਸਿਰੇਸ ਦਾ ਚਟਕਾਈਏ ਜੱਗ ਵਾਰਾਂ ਗਾਊਗਾ ਗਾਊਗਾ ਇਹਦੇ ਕਰ ਭੋਗ ਪਾਪਣ ਦਾ ਪਾਈਏ ਉਸ ਸੱਚੇ ਸਤਿਗੁਰ ਨੇ ਸਤਿਗੁਰ ਨੇ ਡਿਊਟੀ ਲਾਈ ਅਸਾਂ ਦੇ ਜੁੰਮੇ ਦੁਨੀਆ ਨੇ ਮੰਨਣਾ ਨਹੀਂ ਮੰਨਣਾ ਨਹੀਂ ਰੱਸੇ ਫਾਂਸੀ ਦੇ ਜੇਰਾ ਚੁੰਮੇ ਦੁਨੀਆ ਨੇ ਮੰਨਣਾ ਨਹੀਂ ਰੱਸੇ ਫਾਂਸੀ ਦੇ ਜੇ ਨਾ ਚੁੰਮੇ ਰਹਿੰਦਾ ਅੰਗ ਸੰਗ ਸਤਿਗੁਰ ਹੈ ਰਹਿੰਦਾ ਅੰਗ ਸੰਗ ਸਤਿਗੁਰ ਹੈ ਸੱਚੇ ਹਿਰਦੇ ਨਾਲ ਧਿਆਈਏ ਜੱਗ ਵਾਰਾਂ ਗਾਊਗਾ ਗਾਊਗਾ ਦੇ ਕਰ ਭੋਗ ਇੰਦਰਾਂ ਨਾ ਪਾਈਏ ਜੱਗ ਵਾਰਾਂ ਗਾਊਗਾ ਦੇ ਕਰ ਭੋਗ ਪਾਪਣ ਦਾ ਪਾਈਏ ਇਸ ਦੁਨੀਆ ਫਾਨੀ ਤੇ ਬੰਦੇ ਨਿੱਤ ਜੰਮਦੇ ਤੇ ਮਰਦੇ ਇਸ ਦੁਨੀਆ ਫਾਨੀ ਤੇ ਬੰਦੇ ਨਿੱਤ ਜੰਮਦੇ ਤੇ ਮਰਦੇ ਉਸੇ ਦਾ ਨਾਮ ਰਹੇ ਜਿਹੜੇ ਕੌਮ ਲਈ ਕੁਝ ਕਰਦੇ ਊਧਮ ਸਿੰਘ ਉਹਦੇ ਨਾਲ ਆਪਾਂ ਫਿਰ ਇਤਿਹਾਸ ਦੁਰਾਈਏ ਜੱਗ ਵਾਰਾਂ ਗਾਊਗਾ ਦੇ ਕਰ ਭੋਗ ਇੰਦਰਾਂ ਦਾ ਪਾਈਏ ਕਦੇ ਫਿਰ ਤਾਇਆ ਕਦੇ ਬਿਰਥਾ ਜਾਵੇ ਨਾ ਕਦੇ ਬਿਰਥਾ ਜਾਵੇ ਨਾ ਸੱਚੇ ਸਿੰਘ ਦਾ ਕੀਤਾ ਅਰਦਾਸਾ ਹੁੰਦਾ ਆਪ ਸਹਾਈ ਹੈ ਸਹਾਈ ਹੈ ਰੱਖੀਏ ਸਤਿਗੁਰ ਤੇ ਪਰਵਾਸਾ ਹੁੰਦਾ ਆਪ ਸਹਾਈ ਹੈ ਜੇ ਰੱਖੀਏ ਸਤਿਗੁਰ ਤੇ ਪਰਵਾਸਾ ਪਾਪਣ ਦੀ ਇਹਨੂੰ ਜਾਨੋ ਮਾਰ ਮੁਕਾਈਏ ਜੱਗ ਵਾਰਾਂ ਗਾਊਗਾ ਗਾਊਗਾ ਉਹਦੇ ਕਰ ਭੋਗ ਪਾਪਣ ਦਾ ਪਾਈਏ ਜੱਗ ਵਾਰਾਂ ਗਾਊਗਾ ਦੇ ਕਰ ਭੋਗ ਇੰਦਰਾਂ ਦਾ ਪਾਈਏ ਓ ਮਿੱਟੀ ਦੇ ਪੁਤਲੇ ਹਾਂ
ਪੁਤਲੇ ਹਾਂ ਇੱਥੇ ਬੈਠ ਸਦਾ ਨਹੀਂ ਰਹਿਣਾ, ਮਿੱਟੀ ਦੇ ਪੁਤਲੇ ਹਾਂ ਇੱਥੇ ਬੈਠ ਸਦਾ ਨਹੀਂ ਰਹਿਣਾ, ਜੇ ਸੋਧੀ ਪਾਪਣ ਨਾ ਸਾਨੂੰ ਸਿੰਘ ਕਿਸੇ ਨਹੀਂ ਕਹਿਣਾ। ਸੰਗਦਾ ਰਲੀਏ ਓ ਵੀਰਾਂ, ਸੰਗਦਾ ਰਲੀਏ ਵੀਰਾਂ, ਸੰਗਦਾ ਰਲੀਏ, ਮਰ ਕੇ ਸਦਾ ਅਮਰ ਹੋ ਜਾਈਏ। ਜਗਵਾਰਾਂ ਗਾਊਗਾ ਗਾਊਗਾ ਦੇ ਕਰ ਭੋਗ ਪਾਪਣ ਦਾ ਪਾਈਏ, ਜਗਵਾਰਾਂ ਗਾਊਗਾ ਦੇ ਕਰ ਭੋਗ ਇੰਦਰਾਂ ਦਾ ਪਾਈਏ। ਓ ਨਾਦਰ ਤੇ ਨਾਦਰ ਤੇ ਮੰਨੂ ਜੇ, ਨਾਦਰ ਤੇ ਮੰਨੂ ਜੇ, ਵਾਦੇ ਰਹੇ ਸਿੰਘਾਂ ਤੇ ਕਰਦੇ, ਸਿੱਖ ਧਰਮ ਦੀ ਰਾਖੀ ਲਈ ਰਾਖੀ ਲਈ ਰੇ ਚਰਖੜੀਆਂ ਤੇ ਚੜਦੇ, ਸਿੱਖ ਧਰਮ ਦੀ ਰਾਖੀ ਲਈ ਰਹਿੰਦੇ ਚਰਖੜੀਆਂ ਤੇ ਚੜਦੇ। ਕੇ ਕਾਲ ਕਨੈਕਟਰ ਨੂੰ ਇਹਨੂੰ ਤੁਰਦਾ ਟਿਕਟ ਦਵਾਈਓ, ਇਹਨੂੰ ਤੁਰਦਾ ਟਿਕਟ ਦਵਾਈਏ। ਜਗਵਾਰਾਂ ਗਾਊਗਾ ਗਾਊਗਾ ਦੇ ਕਰ ਭੋਗ ਇੰਦਰਾਂ ਨਾ ਪਾਈਏ, ਜਗਵਾਰਾਂ ਗਾਊਗਾ ਦੇ ਕਰ ਭੋਗ ਇੰਦਰਾਂ ਦਾ ਪਾਈਏ। ਸਰਦਾਰ ਕੇਰ ਸਿੰਘ ਦੇ ਪ੍ਰੇਰੇ ਹੋਏ ਸਰਦਾਰ ਬੇਅੰਤ ਸਿੰਘ, ਉਹਨਾਂ ਨੇ ਵੇਖਿਆ ਕਿ ਹੁਣ ਬਦਲਾ ਲੈਣਾ ਚਾਹੀਦਾ। ਸਰਦਾਰ ਸਤਵੰਤ ਸਿੰਘ ਦੇ ਨਾਲ ਵਿਚਾਰ ਕੀਤੀ ਕਿ ਭਾਊ ਰੱਬ ਨੇ ਸਾਨੂੰ ਮੌਕਾ ਦਿੱਤਾ, ਆਪਾਂ ਦੋਨੋਂ ਬਹੁਤੇ ਨੇੜੇ ਆ, ਆਪਣੇ ਤੋਂ ਬਿਨਾਂ ਹੋਰ ਕੋਈ ਇਹਦੇ ਲਾਗੇ ਆ ਨਹੀਂ ਸਕਦਾ, ਅਤੇ ਜੇ ਕੌਮ ਬਦਲੇ ਕੁਰਬਾਨੀ ਕਰ ਜਾਈਏ ਦੁਨੀਆ ਯਾਦ ਰੱਖੇ। ਅੱਜ ਤੱਕ ਆਪਣੇ ਵੱਡ ਵਡੇਰਿਆਂ ਨੂੰ ਇਤਿਹਾਸ ਨੇ ਸਦਾ ਆਪਣੇ ਦਿਲ ਉੱਤੇ ਥਾਂ ਦਿੱਤੀ ਹੈ। ਸਰਦਾਰ ਸਤਵੰਤ ਸਿੰਘ ਨੇ ਜਦੋਂ ਵਿਚਾਰਾਂ ਸੁਣੀਆਂ, ਇੱਕ ਦੋ ਦਿਨ ਵਿਚਾਰਾਂ ਚੱਲੀਆਂ, ਸਰਦਾਰ ਸਤਵੰਤ ਸਿੰਘ ਫਿਰ ਵਿਚਾਰ ਕਰਦਾ ਸਰਦਾਰ ਬੇਅੰਤ ਸਿੰਘ ਦੇ ਨਾਲ, ਇੰਨੇ ਚਿਰ ਨੂੰ ਇੱਕ ਬਿਲਡਿੰਗ ਉੱਤੇ ਉਹਨੂੰ ਨਜ਼ਰ ਆਉਂਦਾ ਕਿ ਜਿਵੇਂ ਸਤਿਗੁਰਾਂ ਦਾ ਬਾਜ ਆਇਆ ਹੋਵੇ ਅਤੇ ਉਹ ਘੂਰ ਕੇ ਗੱਲ ਕਹਿ ਰਿਹਾ ਹੋਵੇ ਕਿ ਕੀ ਸੋਚ ਰਹੇ ਹੋ, ਥੋੜ੍ਹੇ ਦਿਨ ਨੇ ਤੁਹਾਡੇ ਕੋਲ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਕੇ ਸਿੰਘ ਸੱਜ ਜਾਓ, ਇਤਿਹਾਸ ਵਿੱਚ ਤੁਹਾਡਾ ਨਾਮ ਲਿਖਿਆ ਜਾਏਗਾ। ਸਰਦਾਰ ਸਤਵੰਤ ਸਿੰਘ ਨੇ ਸਰਦਾਰ ਬੇਅੰਤ ਸਿੰਘ ਦੇ ਨਾਲ ਵਿਚਾਰ ਕੀਤੀ ਕਿ ਆਪਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੀਦਾ, ਤਾਂ ਹੀ ਸਿੰਘਾਂ ਦੀ ਲਿਸਟ ਵਿੱਚ ਆਪਾਂ ਦਾਖਲ ਹੋਵਾਂਗੇ। ਇਹ ਦੋਨੋਂ ਸਰਦਾਰ ਆਏ, ਇਹਨਾਂ ਨੇ ਆਣ ਕੇ ਅੰਮ੍ਰਿਤ ਦੀ ਪੌਲ ਲਈ, ਔਰ ਫਿਰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ। ਸ਼੍ਰੀ ਅਕਾਲ ਤਖਤ ਸਾਹਿਬ ਆਪਣੀਆਂ ਅੱਖਾਂ ਦੇ ਨਾਲ ਜਦੋਂ ਢੱਠਾ ਵੇਖਿਆ, ਇਹਨਾਂ ਕੋਲੋਂ ਜਰਿਆ ਨਾ ਗਿਆ ਕਿਉਂਕਿ 35-35 ਪਾਉਣ ਦੇ ਗੋਲੇ ਦਾਗੇ ਗਏ ਸਨ ਸ਼੍ਰੀ ਅਕਾਲ ਤਖਤ ਸਾਹਿਬ। ਸੀਨੇ ਨੂੰ ਅੱਗ ਲੱਗ ਗਈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਹੜੇ ਸਾਰੀ ਦੁਨੀਆ ਨੂੰ ਉਪਦੇਸ਼ ਦਿੰਦੇ ਹੈ। ਸਤਿਗੁਰੂ ਜੀ ਦੇ ਪਵਿੱਤਰ ਸਰੂਪ ਵਿੱਚ ਵੀ ਗੋਲੀ ਲੱਗੀ ਔਰ ਰਾਗੀ ਸਿੰਘ ਵੀ ਸ਼ਹੀਦ ਹੋਏ, ਬਹੁਤ ਕੁਝ ਹੋਇਆ। ਜਿਤਨੇ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਨ,
ਉਹਨਾਂ ਵਿੱਚੋਂ ਬਹੁਤੇ ਸ਼ਹੀਦ ਹੋਏ ਔਰ ਪਰਕਰਮਾਂ ਵਿੱਚ ਸ਼ਹੀਦ ਹੋਏ। ਇਤਨੀ ਵੱਡੀ ਦਾਸਤਾਨ ਹੈ ਕਿ ਜੇ ਉਹ ਸ਼ਬਦਾਂ ਰਾਹੀਂ ਬਿਆਨ ਕੀਤੀ ਜਾਏ ਤਾਂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਤਿਗੁਰੂ ਜੀ ਦਾ ਪੁਰਬ ਚੱਲ ਰਿਹਾ ਸੀ, ਉੱਥੇ ਮਾਸੂਮ ਬੱਚੇ ਵੀ ਆਏ ਨੇ, ਉੱਥੇ ਪਰਿਵਾਰ ਵੀ ਆਏ ਹੋਏ ਨੇ, ਨੌਜਵਾਨ ਧੀਆਂ ਔਰ ਬਜ਼ੁਰਗ ਮਾਵਾਂ, ਬਜ਼ੁਰਗ ਬਾਬੇ, ਨੌਜਵਾਨ ਗੱਭਰੂ ਜਿਹੜੇ ਸੇਵਾ ਕਰਨ ਵਾਸਤੇ ਇੱਥੇ ਆਏ ਸਨ, ਸਾਰੇ ਹੀ ਗੋਲੀਆਂ ਨਾਲ ਭੁੰਨ ਦਿੱਤੇ। ਉਹਨਾਂ ਦੇ ਸਾਹਮਣੇ ਸਾਰਾ ਕੁਝ ਸੀਨ ਜਦੋਂ ਆਇਆ, ਆਖਰ 30 ਅਕਤੂਬਰ ਨੂੰ ਦੇਸ਼ ਦੀ ਮਹਾਰਾਣੀ ਜਿਹੜੀ ਆਪਣੇ ਆਪ ਨੂੰ ਅਖਵਾਉਂਦੀ ਆ ਇੰਦਰਾ ਗਾਂਧੀ, ਇਹ ਚੋਣ ਪ੍ਰਚਾਰ ਕਰਕੇ ਆਂਧਰਾ ਪ੍ਰਦੇਸ਼ ਤੋਂ ਵਾਪਸ ਆਈ ਸੀ। ਰਾਤ ਇਹਨੇ ਆਪਣੇ ਮਹਿਲਾਂ ਵਿੱਚ ਕੱਟੀ। 31 ਅਕਤੂਬਰ ਨੂੰ ਇਹਨੇ ਕੁਝ ਮੀਟਿੰਗ ਰੱਖੀ ਹੋਈ ਸੀ ਫਿਲਮੀ ਸਟਾਰਾਂ ਦੇ ਨਾਲ, ਜਿਹੜੀ ਫੋਟੋਆਂ ਲਵਾਉਣੀਆਂ, ਉਹਨਾਂ ਨਾਲ ਕੁਝ ਗੱਲਬਾਤ ਕਰਨੀ, ਕਿਉਂਕਿ ਦੌਰੇ ਉੱਤੇ ਗਈ ਸੀ। ਆਣ ਕੇ ਇਹਨੇ ਸਾਰਾ ਪੁੱਛਣਾ ਸੀ ਕਿ ਮਗਰੋਂ ਕੀ ਕਾਰਵਾਈ ਹੋਈ ਆ। ਜੂਨ ਵਿੱਚ ਇਹਨੇ ਹਮਲਾ ਕੀਤਾ ਅਤੇ ਸਮਾਂ ਆ ਗਿਆ 31 ਅਕਤੂਬਰ ਦਾ। ਮਹਾਰਾਣੀ ਜਿਹੜੀ ਜਪਾਨੀ ਸਾੜੀ ਪਹਿਣ ਕੇ ਫੋਟੋਆਂ ਲਵਾ ਕੇ ਫਿਲਮੀ ਸਟਾਰਾਂ ਦੇ ਨਾਲ ਖਾਣਾ ਖਾ ਕੇ ਆਪਣੇ ਦਫ਼ਤਰ ਵੱਲ ਨੂੰ ਤੁਰੀ ਹੈ। 9:30 ਦਾ ਟਾਈਮ ਹੈ ਜਦੋਂ ਸਰਦਾਰ ਸਤਵੰਤ ਸਿੰਘ ਔਰ ਸਰਦਾਰ ਬੇਅੰਤ ਸਿੰਘ ਨੇ ਇਹਨੂੰ ਧੁਰ ਦੀਆਂ ਟਿਕਟਾਂ ਦਿੱਤੀਆਂ। 31 ਅਕਤੂਬਰ ਬੁੱਧਵਾਰ ਦਾ ਦਿਨ ਚੜ੍ਹਿਆ, ਪਰ ਇਹਦੇ ਲਈ ਇਹ ਦਿਨ ਅੱਜ ਕਾਲ ਬਣ ਕੇ ਆਇਆ। ਜਿਸਨੇ ਇਹਦੀ ਮੌਤ ਦਾ ਇਹਦੀ ਜ਼ਿੰਦਗੀ ਦਾ ਅੰਤਲਾ ਦਿਨ ਇਹਨੇ ਗੁਰੂ ਰਾਮਦਾਸ ਦੇ ਘਰ ਉੱਤੇ ਧੰਨ ਧੰਨ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਇਹਨੇ ਹਮਲਾ ਤਾਂ ਕੀਤਾ, ਪਰ ਉਸ ਹਮਲੇ ਦਾ ਬਦਲਾ ਅੱਜ 9:30 ਪੰਜਾਬ ਦੇ ਸੂਰ ਬੀਰ ਯੋਧੇ ਉਹਨਾਂ ਨੇ ਅਣਖ ਪਾਲਦਿਆਂ ਹੋਇਆਂ, ਗੈਰਤ ਨੂੰ ਟੁੰਬਦਿਆਂ ਹੋਇਆਂ ਇਸ ਪਾਪਨ ਨੂੰ ਗੱਡੀ ਚਾੜਿਆ। ਜੀ ਬਈ, ਕੋਈ ਇੱਕ ਨਾ ਦੋ ਨੀ ਉਮਰ ਸਾਰੀ, ਜਿੰਨਾ ਚਿਰ ਜਹਾਨ ਵਿੱਚ ਜੀ ਕੇ ਗਈ। ਓਏ, ਕੋਈ ਇੱਕ ਨਹੀਂ ਦੋ ਨੀ ਉਮਰ ਸਾਰੀ, ਉਹ ਜਿੰਨਾ ਚਿਰ ਜਹਾਨ ਵਿੱਚ ਜੀ ਕੇ ਗਈ। ਪਾੜੀ ਰੱਖਿਆ ਦੇਸ਼ ਦਾ ਹਰ ਕੋਨਾ, ਉਹ ਕੋਈ ਇੱਕ ਲੰਗਾਰ ਨਾ ਸੀ ਕੇ ਗਈ। ਔ ਖੌਰ ਸਿੱਖਾਂ ਨਾ ਦਿਲ ਤੋਂ ਰੱਖਦੀ ਸੀ, ਖੌਰ ਸਿੱਖਾਂ ਨਾਲ ਦਿਲ ਤੋਂ ਰੱਖਦੀ ਸੀ, ਉਹ ਚੱਕੀ ਵਾਂਗ ਜਨਤਾ ਨੂੰ ਪੀ ਕੇ ਗਈ। ਉਹ ਪੀਂਦੀ ਰਹੀ ਸੀ ਜਨਤਾ ਦਾ ਖੂਨ ਪਾਪਣਾ, ਉਹ ਮਰੀ ਪਈ ਵੀ ਖੂਨ ਉਹ ਪੀ ਕੇ ਗਈ, ਮਰੀ ਪਈ ਵੀ ਖੂਨ ਉਹ ਪੀ ਕੇ ਗਈ। ਜੀ ਬਗੀਚਾ ਸਿੰਘ, ਦਿਨ ਬੁੱਧਵਾਰ ਦਾ ਸੀ, 9:30 ਸੁਬਾ ਦੇ ਵੱਜੇ, ਕੋਈ ਖਾਸ ਤਿਆਰੀ ਜੋ ਅਫਸਰ ਫਿਰਨ ਦਫ਼ਤਰੀ ਭੱਜੇ। ਲੈ ਜਜ਼ਬਾ ਗੈਰਤ ਦਾ
ਦੋਵੇਂ ਤੁਰ ਪੈ ਮਰਦ ਸ਼ਿਕਾਰੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਦਿਨ ਬੁੱਧਵਾਰ ਦਾ ਸੀ 9:30 ਸੁਬਾ ਦੇ ਵੱਜੇ, ਕੋਈ ਖਾਸ ਤਿਆਰੀ ਜੋ ਅਫਸਰ ਫਿਰਨ ਦਫ਼ਤਰੀ ਭੱਜੇ। ਲੈ ਜਜ਼ਬਾ ਗੈਰਤ ਦਾ ਦੋਵੇਂ ਤੁਰ ਪੈ ਮਰਦ ਸ਼ਿਕਾਰੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਜਦ ਨਿਕਲੀ ਕੋਠੀ ਚੋਂ ਆ ਗਈ ਰੇਂਜ ਸਿੰਘਾਂ ਦੇ ਅੰਦਰ, ਦਿਲ ਲਾਂਬੂ ਮੱਚਦਾ ਸੀ ਆਉਂਦਾ ਯਾ ਜਦੋਂ ਹਰਿਮੰਦਰ। ਦਿਲ ਲਾਂਬੂ ਲਾਂਬੂ ਦਿਲ ਲਾਂਬੂ ਮੱਚਦਾ ਸੀ ਆਉਂਦਾ ਯਾਦ ਜਦੋਂ ਹਰਿਮੰਦਰ। ਤਪਦਾ ਦਿਲ ਠਾਰਨ ਲਈ ਲਾਤੀ ਦਾਤੇ ਜਿੰਦ ਪਿਆਰੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਸਤਵੰਤ ਸਿੰਘ ਸੂਰਮੇ ਨੇ ਪਲ ਵਿੱਚ ਵਰਤੀ ਸੀ ਹੁਸ਼ਿਆਰੀ, ਬੇਅੰਤ ਸਿੰਘ ਸੂਰਮੇ ਨੇ ਸੈਨਤ ਨਾਲ ਨਿਗਾਹ ਦੇ ਮਾਰੀ। ਕੱਟ ਪੈਰਿੰਗ ਕਰਕੇ ਤੇ ਹੋ ਝੱਟ ਫੈਰਿੰਗ ਕਰਕੇ ਤੇ ਪਾਪਣ ਵਾਗ ਦਾਣਿਆ ਰਾੜੀ, ਪਾਪਣ ਵਾਗ ਦਾਣਿਆ ਰਾੜੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਦੋਸ਼ੀ ਹਰਿਮੰਦਰ ਦੀ ਤਾਂ ਸਿੰਘਾਂ ਫਿਲਟਰ ਵਰਗੀ ਕਰਤੀ। ਭਾਜੀ ਹਰਜੀਤ ਸਿੰਘ ਜੀ ਬ੍ਰਹਮਪੁਰੇ ਵਾਲੇ ਬੈਠੇ ਵਿਧੀ ਚੰਦੀਆਂ ਦੇ ਸਿੰਘ, ਇਹਨਾਂ ਦੇ ਨਗਰ ਦਾ ਅਵਤਾਰ ਸਿੰਘ ਬ੍ਰਹਮਾ ਸਾਧ ਸਿੰਘ ਜੀ, ਬੜੇ ਬੜੇ ਯੋਧੇ ਪੈਦਾ ਕੀਤੇ ਉਸ ਧਰਤੀ ਨੇ। ਹਰਜੀਤ ਸਿੰਘ ਜਦੋਂ ਬ੍ਰਹਿਟ ਵੱਜਾ ਫਿਰ ਬੀਬੀ ਐਂ ਡਿੱਗੀ ਜਿਵੇਂ ਹਵਾ ਨਾ ਗਰਨਾ ਡਿੱਗਦਾ ਏ। ਦੋਸ਼ੀ ਹਰਿਮੰਦਰ ਦੀ ਸਿੰਘਾਂ ਫਿਲਟਰ ਵਰਗੀ ਕਰਤੀ, ਗਸ਼ ਖਾ ਕੇ ਡਿੱਗੀ ਜਾ ਗਸ਼ ਖਾ ਕੇ ਡਿੱਗੀ ਜਾ ਹੋ ਗਈ ਲਾਲ ਖੂਨ ਨਾਲ, ਹੋ ਗਈ ਲਾਲ ਖੂਨ ਨਾਲ ਧਰਤੀ। ਆਉ ਵਿੱਚ ਖੂਨ ਦੇ ਰੰਗੀ ਗਈ ਵੇ ਉਸ ਦੀ ਨਵੀਂ ਜਪਾਨੀ ਸਾੜੀ। ਰਾਜ ਨਸ਼ੇ ਦੇ ਜੀ ਪਾਪਣ ਕੀਤੀਆਂ ਸੀ ਮਨ ਆਈਆਂ, ਇੱਕੀਆਂ ਦੇ 31 ਪਾ ਜੂਨ ਚ ਹਮਲਾ ਹੋਇਆ ਤੇ 1 ਅਕਤੂਬਰ ਵਿੱਚ ਭਾਜੀ ਮੋੜ ਵੀ ਦਿੱਤੀ ਸਤਵੰਤ ਬੇਅੰਤ ਸੋਨੇ। 21 ਦੇ 31 ਪਾ ਸਿੰਘਾਂ ਸਿਰੋਂ ਭਾਜੀਆਂ ਲਾਈਆਂ। ਹੜ ਕੇ ਕਾਲ ਦੇ ਪਿੰਜਰੇ ਤਾੜੀ, ਡਰਦੀ ਨਹੀਂ ਰੱਬ ਤੋਂ ਸੀ ਹੜ ਕੇ ਕਾਲ ਦੇ ਪਿੰਜਰੇ
ਤਾੜੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਓ ਪੱਗ ਕੌਮ ਦੀ ਸਿਰ ਤਰ ਗਏ, ਪੱਗ ਕੌਮ ਦੀ ਸਿਰ ਤਰ ਗਏ, ਸਾਵੇਂ ਮਰਦ ਸੂਰ ਮੇ ਡਟ ਗਏ। ਆ ਜੱਗ ਵਾਰਾ ਗਾਉਂਦਾ ਰਹੂ, ਐਸਾ ਜਸ ਜਹਾਨੋ ਖੱਟ ਗਏ। ਜੁੱਗਾਂ ਤੱਕ ਮਹਿਕੇਗੀ, ਲਾਗੇ ਅਣਖ ਭਰੀ ਫਲਵਾੜੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਅੱਜ ਤੱਕ ਵੀ ਜਿਸ ਜਿਸ ਨੇ ਆ ਮੱਥਾ ਸਿੱਖ ਕੌਮ ਨਾਲ ਲਾਇਆ, ਪੜ ਲੋ ਇਤਿਹਾਸਾਂ ਨੂੰ ਬਹੁਤਾ ਚਿਰਿਓ ਜੀ ਨਾ ਪਾਇਆ। ਆਓ ਮੱਸੇ ਅਬਦਾਲੀ ਜਹੇ, ਓਏ ਇਥੋਂ ਹਾਰ ਕੇ ਗਏ ਖਿਲਾੜੀ। ਓ ਮੱਸੇ ਅਬਦਾਲੀ ਰਹੇ, ਇਥੋਂ ਹਾਰ ਕੇ ਗਏ ਖਿਲਾੜੀ। 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਸਿੰਘ ਵਾਦਾ ਕਰਦੇ ਨਾ ਤੇ ਵਾਦਾ ਨਾ ਕਿਸੇ ਦਾ ਜਰਦੇ, ਬੈਂਕਾ ਅਤੇ ਸਰੂਪ ਗਏ, ਯੋਧੇ ਅਣਖ ਆਣ ਲਈ ਮਰਦੇ। ਦਰਗਾ ਪੁਰੀ ਆ ਕੇ ਰੱਖੀਏ ਸੋਚ ਕਦੇ ਨਾ ਮਾੜੀ, ਰੱਖੀਏ ਸੋਚ ਕਦੇ ਨਾ ਮਾੜੀ, 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਲੋਹਾ ਨਗਰ ਦੇ ਰਹਿਣ ਵਾਲੇ ਸਰਦਾਰ ਬੇਅੰਤ ਸਿੰਘ ਅਗਵਾਨ ਨਗਰ ਜ਼ਿਲ੍ਹਾ ਗੁਰਦਾਸਪੁਰ ਦਾ ਸਰਦਾਰ ਸਤਵੰਤ ਸਿੰਘ, ਅੱਜ ਕੌਮ ਨੇ ਉਹਨਾਂ ਦੇ ਸੁਪੁੱਤਰ ਨੂੰ ਮਾਣ ਦਿੱਤਾ ਸਰਦਾਰ ਬੇਅੰਤ ਸਿੰਘ ਜੀ ਦੇ, ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਫਰੀਦਕੋਟ ਤੋਂ। ਕੌਮ ਲਈ ਜਿਹੜਾ ਕੁਰਬਾਨੀ ਕਰਦਾ ਹੈ, ਕੌਮ ਉਹਦੀ ਕੁਰਬਾਨੀ ਦਾ ਮੁੱਲ ਪਾਉਂਦੀ। ਜਿਉਂਦੀਆਂ ਕੌਮਾਂ ਆਪਣੇ ਸ਼ਹੀਦਾਂ ਦੇ, ਆਪਣੇ ਯੋਧਿਆਂ ਦੇ, ਆਪਣੇ ਸੂਰਬੀਰਾਂ ਦੇ ਦਿਨ ਮਨਾਇਆ ਕਰਦੀਆਂ ਨੇ, ਅਤੇ ਜਦੋਂ ਦਿਨ ਮਨਾਉਣ ਫਿਰ ਉੱਥੇ ਉਹਨਾਂ ਦੀਆਂ ਕੁਰਬਾਨੀਆਂ ਦੱਸੀਆਂ ਜਾਂਦੀਆਂ ਨੇ, ਅਤੇ ਜਦੋਂ ਕੁਰਬਾਨੀਆਂ ਦੱਸੀਆਂ ਜਾਣ ਤਾਂ ਫਿਰ ਉਹਨਾਂ ਦੇ ਪਰਿਵਾਰਾਂ ਨੂੰ ਕੌਮ ਨਿਵਾਜਦੀ ਹੈ। ਸਿਰ ਪਾਉ ਦੇ ਕੇ ਮਾਲੀ ਉਹਨਾਂ ਦੀ ਸਹਾਇਤਾ ਕਰਕੇ ਇਹ ਕੌਮ ਸਿੱਖ ਕੌਮ ਹੈ ਜਿਹੜੀ ਆਪਣੇ ਸੂਰਬੀਰ ਬਹਾਦਰਾਂ ਦੇ ਨਾਮ ਉੱਤੇ ਵੱਡੇ ਵੱਡੇ ਗੁਰਧਾਮ ਬਣਾਉਂਦੀ ਹੈ, ਗੇਟ ਬਣਾਉਂਦੀ ਹੈ, ਨਿਸ਼ਾਨ ਚਲਾਉਂਦੀ ਹੈ, ਅਤੇ ਜੇ ਕਿਤੇ ਲੋੜ ਬਣੇ ਤਾਂ ਫਿਰ ਉਹਨਾਂ ਪਰਿਵਾਰਾਂ ਵਿੱਚੋਂ ਉੱਥੇ ਜਿਤਾ ਕੇ ਬੰਦੇ ਭੇਜੇ ਜਾਂਦੇ ਆ ਜਿੱਥੇ ਕਾਨੂੰਨ ਬਣਦੇ। ਔਰ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਨੌਜਵਾਨਾਂ ਨੇ ਹਮਲਾ ਮਾਰਿਆ,
ਉਹਨਾਂ ਨੂੰ ਬਹੁ ਗਿਣਤੀ ਵਿੱਚ ਜਿਤਾਇਆ। ਸਤਿਗੁਰੂ ਸਾਰਿਆਂ ਦੀ ਚੜ੍ਹਦੀ ਕਲਾ ਕਰਨ। ਆਓ ਇੱਕ ਕਵਿਤਾ ਕਹਿ ਕੇ, ਕਿਉਂਕਿ ਥੋੜ੍ਹਾ ਜਿਹਾ ਸਮਾਂ ਬਕਾਇਆ ਜਿਹੜਾ ਸਟੇਜ ਵੱਲੋਂ ਮਿਲਿਆ, ਔਰ ਵੀਰਾਂ ਦੀ ਸਿਫਾਰਿਸ਼ ਹੈ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਾਬਾ ਏ ਕੌਮ, ਉਹਨਾਂ ਵਰਗਾ ਸੂਰਮਾ ਫਿਰ ਸਿੱਖ ਕੌਮ ਨੂੰ ਚਾਹੀਦਾ ਹੈ। ਕਿਉਂਕਿ ਜਦੋਂ ਉਹ ਲੈਕਚਰ ਕਰਦੇ ਸਨ, ਜਦੋਂ ਉਹ ਕੌਮ ਨੂੰ ਸੰਬੋਧਨ ਕਰਦੇ ਸਨ, ਅਤੇ ਜਿਹੜੇ ਕੁਰਾਏ ਪਏ ਲੋਕ ਉਹ ਵੀ ਮਹਾਂਪੁਰਖਾਂ ਦੇ ਬਚਨ ਸੁਣ ਕੇ ਅੰਮ੍ਰਿਤ ਛਕਦੇ ਸਨ, ਗੁਰੂ ਕੇ ਸਿੰਘ ਸਜਦੇ ਸਨ, ਔਰ ਕੁਰਬਾਨੀ ਦੇਣ ਵਾਸਤੇ ਤਿਆਰ ਹੋ ਜਾਂਦੇ ਸਨ। ਜੀਓ ਸੀਸ ਨੂੰ ਤਲੀ ਦੀ ਉੱਤੇ ਰੱਖ ਕੇ ਯਾਰ ਦੀ ਗਲੀ ਦੇ ਵਿੱਚ ਜਾਈਦਾ, ਸੀਸ ਨੂੰ ਤਲੀ ਦੀ ਉੱਤੇ ਰੱਖ ਕੇ ਯਾਰ ਦੀ ਗਲੀ ਦੇ ਵਿੱਚ ਜਾਈਦਾ। ਓ ਭਿੰਡਰਾਂ ਦੇ ਸ਼ੇਰ ਜਿਹਾ ਸੂਰਮਾ ਫਿਰ ਸਿੱਖ ਕੌਮ ਤਾਈ ਚਾਹੀਦਾ, ਭਿੰਡਰਾਂ ਦੇ ਸ਼ੇਰ ਜਿਹਾ ਸੂਰਮਾ ਫਿਰ ਸਿੱਖ ਕੌਮ ਤਾਈ ਚਾਹੀਦਾ। ਜਿਹੜਾ ਲੈ ਕੇ ਹੱਥ ਤੀਰ ਦੇਵੇ ਜ਼ਾਲਮਾਂ ਨੂੰ ਚੀਰ, ਦੱਸੇ ਪੰਥ ਦਾ ਗਦਾਰ ਕਿਵੇਂ ਟਾਈਦਾ। ਵੇ ਭਿੰਡਰਾਂ ਦੇ ਸ਼ੇਰ ਜਿਹਾ ਖਾਲਸਾ ਫਿਰ ਸਿੱਖ ਕੌਮ ਤਾਈ ਚਾਹੀਦਾ, ਭਿੰਡਰਾਂ ਦੇ ਸ਼ੇਰ ਦੇ ਅਸੂਰਮਾ ਫਿਰ ਸਿੱਖ ਕੌਮ ਤਾਈ ਚਾਹੀਦਾ। ਤੇਰੇ ਦੇਸ਼ ਦੀਆਂ ਸੋਲ ਕੰਨਿਆਂ ਕੁਵਾਰੀਆਂ, ਤੇਰੇ ਦੇਸ਼ ਦੀਆਂ ਸੋਲ ਕੰਨਿਆਂ ਕੁਵਾਰੀਆਂ, ਤੇਲ ਪਾ ਕੇ ਬਾਬਾ ਫੇਰ ਜਾਂਦੀਆਂ ਨੇ ਸਾੜੀਆਂ, ਤੇਲ ਪਾ ਕੇ ਬਾਬਾ ਫਿਰ ਜਾਂਦੀਆਂ ਨੇ ਸਾੜੀਆਂ, ਤੇਲ ਪਾ ਕੇ ਬਾਬਾ ਫਿਰ ਜਾਂਦੀਆਂ ਨੇ ਸਾੜੀਆਂ। ਓ ਨੱਥ ਲੋਬੀਆਂ ਨੂੰ ਪਾਵੇ ਹੁਣ ਜ਼ੁਲਮਾਂ ਹਟਾਵੇ, ਨੱਥ ਲੋਬੀਆਂ ਨੂੰ ਪਾਵੇ ਹੁਣ ਜ਼ੁਲਮਾਂ ਹਟਾਵੇ, ਦੱਸੇ ਬੱਚਿਆਂ ਤੇ ਕੈਰ ਨੀ ਕਮਾਈਦਾ। ਵੇ ਭਿੰਡਰਾਂ ਦੇ ਸ਼ੇਰ ਜਿਹਾ ਸੂਰਮਾ ਫਿਰ ਸਿੱਖ ਕੌਮ ਤਾਈ ਚਾਹੀਦਾ, ਭਿੰਡਰਾਂ ਦੇ ਸ਼ੇਰ ਜਿਹਾ ਸੂਰਮਾ ਫਿਰ ਸਿੱਖ ਕੌਮ ਤਾਈ ਚਾਹੀਦਾ। ਤਿੱਤਰ ਨੇ ਫੇਰ ਇੱਥੇ ਮਾਰਦੇ ਉਡਾਰੀਆਂ, ਤਿੱਤਰ ਨੇ ਫੇਰ ਇੱਥੇ ਮਾਰਦੇ ਉਡਾਰੀਆਂ, ਉਹ ਚੁੱਕ ਲਈਆਂ ਯਤਾਂ ਚੁੱਕ ਲਈਆਂ ਅੱਤਾਂ ਇੱਥੇ ਚੁੱਕ ਲਈਆਂ ਅੱਤਾਂ ਇੱਥੇ ਫਿਰ ਪਨਿਆਰੀਆਂ, ਚੁੱਕ ਲਈਆਂ ਅੱਤਾਂ ਇੱਥੇ ਪੜੇ ਪਨਿਆਰੀਆਂ, ਚੁੱਕ ਲਈਆਂ ਅੱਤਾਂ ਇੱਥੇ ਪੜੇ ਪਨਿਆਰੀਆਂ, ਅੱਗੋਂ ਅੱਖੀਆਂ ਵਿਖਾਉਣ ਬਾਜ ਜ਼ੁਲਮ ਨਿਆਉਣ, ਪੱਲਾ ਫੜਿਆ ਜਿਨ੍ਹਾਂ ਨੇ ਬੋਰੀ ਆਈਦਾ। ਵੇ ਭਿੰਡਰਾਂ ਦੇ ਸ਼ੇਰ ਦੇ
ਸੂਰਮਾ ਫੇਰ ਸਿੱਖ ਕੌਮ ਤਾਈ ਚਾਹੀਦਾ ਪਿੰਡਰਾਂ ਦੇ ਸ਼ੇਰ ਦੇ ਅਸੂਰਮਾ ਫੇਰ ਸਿੱਖ ਕੌਮ ਤਾਈ ਚਾਹੀਦਾ ਆਗੂਆਂ ਨੇ ਭਲਾ ਸਿੱਖ ਕੌਮ ਦਾ ਵਿਸਾਰਿਆ ਆਗੂਆਂ ਨੇ ਭਲਾ ਸਿੱਖ ਕੌਮ ਦਾ ਵਿਸਾਰਿਆ ਉਹ ਰਲੇ ਕੇ ਗੈਰਾਨਾ ਬਾਗ ਸਿੱਖੀ ਦਾ ਉਜਾੜਿਆ ਰਲ ਕੇ ਗੈਰਾਨਾ ਬਾਗ ਸਿੱਖੀ ਦਾ ਉਜਾੜਿਆ ਰਲ ਕੇ ਗੈਰਾਨਾ ਬਾਗ ਸਿੱਖੀ ਦਾ ਉਜਾੜਿਆ ਰਲ ਕੇ ਗੈਰਾਨਾ ਬਾਗ ਸਿੱਖੀ ਦਾ ਉਜਾੜਿਆ ਰਾਜੇ ਬਣੇ ਨੇ ਕਸਾਈ ਛੁਰੀ ਹੱਥ ਚ ਉਠਾਈ ਰਾਜੇ ਬਣੇ ਨੇ ਕਸਾਈ ਛੁਰੀ ਹੱਥ ਚ ਉਠਾਈ ਨਿੱਤ ਖੱਲੜੀ ਗਰੀਬ ਦੀ ਨੂੰ ਲਾਈ ਦਾ ਹਾਵੇ ਪਿੰਡਰਾਂ ਦੇ ਸ਼ੇਰ ਜਾ ਸੂਰਮਾ ਆ ਫਿਰ ਸਿੱਖ ਕੌਮ ਤਾਈ ਚਾਹੀਦਾ ਪਿੰਡਰਾਂ ਦੇ ਸ਼ੇਰ ਜਿਹਾ ਸੂਰਮਾ ਫਿਰ ਸਿੱਖ ਕੌਮ ਤਾਈ ਚਾਹੀਦਾ ਸ਼ੇਰਾ ਤੇਰੀ ਜੂ ਚ ਗਿੱਦੜ ਪਾਉਣ ਜੱਲੀਆਂ ਸ਼ੇਰਾ ਤੇਰੀ ਜੂ ਚ ਗਿੱਦੜ ਪਾਉਣ ਜੱਲੀਆਂ ਔਜੜੀਆਂ ਬਾਗਾਂ ਉਜੜੀਆਂ ਬਾਗਾਂ ਆਣ ਉਜੜੀਆਂ ਬਾਗਾਂ ਆਣ ਗਾਲੜਾਂ ਨੇ ਮੱਲੀਆਂ ਉਜੜੀਆਂ ਬਾਗਾਂ ਆਣ ਗਾਲੜਾਂ ਨੇ ਮੱਲੀਆਂ ਇੱਥੇ ਵਿੱਚ ਦੇ ਸਮੈਕ ਨਸ਼ੇ ਹੋਰ ਵੀ ਅਨੇਕ ਇੱਥੇ ਵੇਖ ਦੇ ਸਮੈਕ ਨਸ਼ੇ ਵਿੱਚ ਦੇ ਸਮੈਕ ਭੁੱਕੀ ਪੋਸਤ ਨਿਮੋਜੀਆਂ ਨੂੰ ਚਾਹੀਦਾ ਹਾਵੇ ਪਿੰਡਰਾਂ ਦੇ ਸ਼ੇਰ ਦੇ ਅਸੂਰਮਾ ਵੇ ਫੇਰ ਸਿੱਖ ਕੌਮ ਤਾਈ ਚਾਹੀਦਾ ਪਿੰਡਰਾਂ ਦੇ ਸ਼ੇਰ ਦੇ ਅਸੂਰਮਾ ਵੇ ਫੇਰ ਸਿੱਖ ਕੌਮ ਤਾਈ ਚਾਹੀਦਾ ਜਿਹੜਾ ਲੈ ਕੇ ਹੱਥ ਤੀਰ ਦੇਵੇ ਜ਼ਾਲਮਾਂ ਨੂੰ ਤੀਰ ਦੱਸੇ ਕੌਮ ਦਾ ਗਦਾਰ ਕਿਵੇਂ ਟਾਈਦਾ ਵੇ ਪਿੰਡਰਾਂ ਦੇ ਸ਼ੇਰ ਜਾ ਸੂਰਮਾ ਫਿਰ ਸਿੱਖ ਕੌਮ ਤਾਈ ਚਾਹੀਦਾ ਪਿੰਡਰਾਂ ਦੇ ਸ਼ੇਰ ਸੂਰਮਾ ਫਿਰ ਸਿੱਖ ਕੌਮ ਤਾਈ ਚਾਹੀਦਾ ਦਿੱਤਾ ਹੋਇਆ ਸਮਾਂ ਸਮਾਪਤ ਹੈ ਦੀਨ ਦੁਨੀਆ ਦੇ ਮਾਲਕ ਲੋਕ ਪ੍ਰਲੋਕ ਵਿੱਚ ਸਾਡੇ ਪਰਦੇ ਢੱਕਣ ਵਾਲੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਕੋਟਨ ਕੋਟ ਧੰਨਵਾਦ ਅਤੇ ਸਿੱਧੇ ਪ੍ਰਸਾਰ ਰਾਹੀਂ ਜਿਹੜੀਆਂ ਸੰਗਤਾਂ ਕੈਨੇਡਾ ਅਮਰੀਕਾ ਵਿੱਚ ਸਰਵਣ ਕਰਦੀਆਂ ਉਹਨਾਂ ਦਾ ਵੀ ਧੰਨਵਾਦ ਆ ਗੁਰਦੁਆਰਾ ਸਮੁੱਚੇ ਪ੍ਰਬੰਧ ਵੱਲੋਂ ਵਿਸ਼ੇਸ਼ ਇੱਕ ਮੀਟਿੰਗ ਹੈ ਇੱਕ ਬੇਨਤੀ ਹੈ ਸਾਧ ਸੰਗਤ ਕੜਾਹ ਪ੍ਰਸ਼ਾਦ ਕਿਉਂਕਿ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਬਟਰ
ਏਡੀਅਮ ਆਟੇ ਦੀਆਂ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ, ਕਿਉਂਕਿ ਜਦੋਂ ਕੜਾਹ ਪ੍ਰਸ਼ਾਦ ਬਣਦਾ ਹੈ, ਕਿੰਨੇ ਆਪਾਂ ਸਾਧ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਵਰਤਾਉਣ ਵਾਲਾ ਕਹਿੰਦਾ ਲਓ ਵੀ ਗੁਰੂ ਕੀ ਦੇਗ, ਜਦੋਂ ਆਪਾਂ ਛਕਦੇ ਹਾਂ ਤਾਂ ਸਾਧ ਸਿੰਘ ਜੀ ਦਿਮਾਗ ਖਿੜ ਜਾਂਦਾ ਹੈ, ਖੁਸ਼ਕੀ ਉੱਡ ਜਾਂਦੀ ਹੈ, ਸ਼ਰਧਾ ਵੱਧ ਜਾਂਦੀ ਹੈ, ਅਤੇ ਇਹਦੇ ਵਿੱਚ ਸਭ ਤੋਂ ਵੱਡਾ ਸਟੂਡੈਂਟ ਬੱਚੇ ਜਿਹੜੇ ਆਪਣਾ ਭਵਿੱਖ ਰੋਸ਼ਨ ਕਰਨ ਵਾਸਤੇ ਆਏ ਨੇ ਔਰ ਇੱਥੋਂ ਪ੍ਰਸ਼ਾਦਾ ਛਕਦੇ ਨੇ, ਪ੍ਰਬੰਧਕਾਂ ਨੂੰ ਸੰਗਤਾਂ ਨੂੰ ਸੀਸਾਂ ਦਿੰਦੇ ਆ ਭਈ, ਕਿਉਂਕਿ ਅੱਜ ਜੇ ਗੁਰੂ ਘਰ ਉਹਨਾਂ ਦੀ ਢਾਲ ਬਣਨੀ ਹੈ ਅਤੇ ਕੱਲ੍ਹ ਨੂੰ ਜਦੋਂ ਉਹਨਾਂ ਆਪਣੇ ਪੈਰਾਂ 'ਤੇ ਖਲੋਣਾ ਹੈ ਫਿਰ ਉਹਨਾਂ ਨੇ ਵੀ ਵੱਡਾ ਦਾਨ ਗੁਰੂ ਘਰ ਵਾਸਤੇ ਕਰਿਆ ਕਰਨਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਕੇ ਲੰਗਰ ਵਿੱਚ ਰਿਫਾਇੰਡ ਵੈਜੀਟੇਬਲ ਤੇਲ ਦੀ ਸੇਵਾ ਸਾਧ ਸੰਗਤ ਜੀ ਸਾਨੂੰ ਕਰਨੀ ਜ਼ਰੂਰੀ ਹੈ। ਅਤੇ 10 ਜੂਨ ਨੂੰ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜਾ ਸਾਧ ਸਿੰਘ ਜੀ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਤੱਤੀਆਂ ਲੋਹਾਂ 'ਤੇ ਬਹਿ ਕੇ ਸਾਨੂੰ ਸ਼ਹੀਦੀਆਂ ਦੀ ਜਾਤ ਸਿਖਾਈ, ਤਾਂ ਹੀ ਸਾਡੀ ਕੌਮ ਵਿੱਚ ਵੱਡੇ ਵੱਡੇ ਸੂਰਬੀਰ ਅਣਖੀ ਯੋਧੇ ਪੈਦਾ ਹੁੰਦੇ ਨੇ। ਉਸ ਗੁਰੂ ਦਾ ਅਸੀਂ ਦੇਣ ਨਹੀਂ ਦੇ ਸਕਦੇ। 8 ਜੂਨ ਨੂੰ ਪਾਤਸ਼ਾਹ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਗੇ ਅਤੇ ਇਸੇ ਤਰ੍ਹਾਂ 8 ਜੂਨ ਨੂੰ ਗੁਰੂ ਪਾਤਸ਼ਾਹ ਦੀ ਯਾਦ ਵਿੱਚ ਛਬੀਲਾਂ ਲੱਗਣਗੀਆਂ, ਉਹਦੇ ਵਿੱਚ ਵੀ ਸਾਧ ਸੰਗਤ ਜੀ ਸਾਨੂੰ ਵੱਡੇ ਦਾਨ ਕਰਨ ਦੀ ਲੋੜ ਹੈ ਗੁਰੂ ਘਰ ਵਾਸਤੇ। ਅਤੇ 8 ਅਤੇ 9 ਜੂਨ ਨੂੰ ਸ਼੍ਰੀਮਾਨ ਸੰਤ ਬਾਬਾ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਉਹ ਵੀ ਪਹੁੰਚ ਰਹੇ ਨੇ, ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਇਸੇ ਤਰ੍ਹਾਂ ਅਤੇ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੱਡੀ ਲੀਡ 'ਤੇ ਜਿਤਾਇਆ ਹੈ ਸਾਧ ਸੰਗਤ, ਉਹਨਾਂ ਦੇ ਨਾਂ 'ਤੇ ਵੱਡਾ ਮਾਣ ਅਤੇ ਬੇਅੰਤ ਸੰਗਤਾਂ ਮਾਣ ਸਨਮਾਨ ਕਰ ਰਹੀਆਂ, ਬੜੀ ਖੁਸ਼ੀ ਹੋਈ। ਨਾਮਵਰ ਕਮਿਸ਼ਨ ਗਿਆਨੀ ਪ੍ਰਗਟ ਸਿੰਘ ਜੀ ਖਡੂਰ ਸਾਹਿਬ ਤੋਂ ਆਏ ਨੇ, ਮੱਥਾ ਟੇਕਣ ਆਏ ਨੇ, ਉਹ ਨਾਮ ਦਾਨ ਮੰਗਦੇ ਨੇ। ਸਾਰੀ ਸੰਗਤ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ। ਆਓ ਜੀ, ਦਿੱਤਾ ਹੋਇਆ ਸਮਾਂ ਸਮਾਪਤ ਹੈ, ਹੁਣ ਸ੍ਰੀ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ, ਫਿਰ ਅਰਦਾਸ, ਫਿਰ ਗੁਰੂ ਸਾਹਿਬ ਆਪਣੇ ਨਿੱਜੀ ਸਥਾਨ 'ਤੇ ਜਾਣਗੇ। ਸੂਰ ਮਿੰਡੀਆਂ 'ਤੇ ਬੈਂਕੀਆਂ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ 3 ਆਨੰਦ 1 ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ। ਰਾਗ ਰਤਨ ਪੁਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸਬਦੋ ਤਾਂ ਗਾਓ ਹਰੀ ਕੇ ਰਾਮਾ ਨਿੰਦਨੀ ਵਸਾਇਆ, ਕਹਿ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੂ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਤੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕਾ
ਕਹਿ ਮਨ ਵਸਿਆ ਵਾਧੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੀ ਇੱਛਾ ਸਭ ਭਜਾਇਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਡੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਦਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਦਿਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਦਿਨੀ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਦਿਨੀ ਨਾਮ ਧਿਆਇਆ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਜੀਉ ਪਿੰਡ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ